ਮਲਕੀਤ ਰਾਣੀ ਜੀ ਤੁਸੀਂ ਆਏ ਹੋ, ਬਹੁਤ ਬਹੁਤ ਸ਼ੁਕਰੀਆ। ਮੈਂ ਪਹਿਲਾਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ ਕਿ ਇਸ ਪੂਰੇ ਵਿਵਾਦ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਗੁਰਦਾਸ ਮਾਨ ਵਰਗੇ ਨਾਮ ਨੂੰ 4 ਸਾਲ ਬਾਅਦ ਵੀ ਮੁਆਫੀਆਂ ਮੰਗਣੀਆਂ ਪੈ ਰਹੀਆਂ, ਜੇ ਮੈਂ ਗਲਤ ਨਹੀਂ ਤਾਂ ਉਹਨਾਂ ਨੇ ਇੱਕ ਗਾਣਾ ਵੀ ਗਾ ਦਿੱਤਾ ਸੀ, ਗੱਲ ਸੁਣੋ ਪੰਜਾਬੀ ਦੋਸਤੋ, ਉਸਦੇ ਵਿੱਚ ਵੀ ਉਹ ਆਪਣੇ ਪੂਰੇ ਉਸ ਇੰਸੀਡੈਂਟ ਦਾ ਜ਼ਿਕਰ ਕਰਦੇ ਆ ਰਹੇ ਸੀ। ਰਾਣੀ ਸਾਹਿਬ ਜੀ, ਮੈਨੂੰ ਇਸ ਨਾਲ ਇਹ ਲੱਗਦਾ ਜੀ ਕਿ ਜਦੋਂ ਦਾ ਸਾਡੇ ਕੋਲ ਸੋਸ਼ਲ ਮੀਡੀਆ ਤੇ ਅਸੀਂ ਸਾਰੇ ਆਏ ਹਾਂ ਤੇ ਅਸੀਂ ਸਾਨੂੰ ਦੂਜਿਆਂ ਚ ਨੁਕਸ ਕੱਢਣ ਦੀ ਆਦਤ ਪੈ ਗਈ ਹੈ। ਸਾਹਿਬ ਦੇ ਮਾਮਲੇ ਚ ਮੈਂ ਇਹ ਕਹਿ ਸਕਦਾ ਕਿ ਜਿੰਨੀ ਕੁ ਉਹਨਾਂ ਦੀ ਦੇਣ ਹੈ ਉਹਨੂੰ ਘਟਾਇਆ ਨੀ ਜਾ ਸਕਦਾ, ਘਟਾ ਕੇ ਨੀ ਦੇਖਿਆ ਜਾ ਸਕਦਾ ਜੀ। ਉਹਨਾਂ ਨੇ ਕਿਉਂਕਿ ਲੰਬੇ ਸਮੇਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਫੋਰਨ ਕੰਟਰੀ ਚ ਗਏ, ਉੱਥੇ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬੋਲਣ ਸੁਣਨ ਲਈ ਮਜਬੂਰ ਕੀਤਾ ਤੇ ਉਹਨਾਂ ਕੋਲ ਪੰਜਾਬੀ ਪਹੁੰਚਾਈ, ਜਿਹੜੇ ਸਾਡੇ ਮੁਲਕ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ ਵਿੱਚ ਲੋਕ ਰਹਿੰਦੇ ਆ, ਗੁਰਦਾਸ ਮਾਨ ਸਾਹਿਬ ਨੇ ਉਹਨਾਂ ਤੱਕ ਪੰਜਾਬੀ ਪਹੁੰਚਾਈ। ਬਿਲਕੁਲ। ਪਰ ਜਦੋਂ ਉਹਨਾਂ ਦੇ ਉੱਤੇ ਇਹ ਜਿਹਾ ਇਲਜ਼ਾਮ ਲੱਗਦਾ ਕਿ ਉਹ ਗਦਾਰ ਨੇ, ਜਿਵੇਂ ਤੁਸੀਂ ਕਿਹਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਤੁਸੀਂ ਕਮੈਂਟ ਦਿੰਦੇ ਹੋ ਉਹਨਾਂ ਨੂੰ ਗਦਾਰ ਕਹਿਣ ਵਾਲੇ, ਉਹਨਾਂ ਦੇ ਕਮੈਂਟ ਤਾਂ ਗੁਰਦਾਸ ਮਾਨ ਦੀ ਸ਼ਬਦਾਵਲੀ ਨਾਲ ਵੀ ਕਿਤੇ ਅੱਗੇ ਨੇ। ਜੇ ਤੁਸੀਂ ਕਿਸੇ ਤੇ ਕੋਈ ਨੁਕਸ ਕਰਦੇ ਹੋ ਤਾਂ ਤੁਹਾਡੀ ਸ਼ਬਦਾਵਲੀ ਤਾਂ ਸਭਿਅਕ ਚਾਹੀਦੀ ਹੈ। ਤੁਹਾਡੀ ਸ਼ਬਦਾਵਲੀ ਚ ਇੰਨੀਆਂ ਘਟੀਆ ਕਿਸਮ ਦੀਆਂ ਗਾਲਾਂ, ਮਤਲਬ ਇੰਨੇ ਘਟੀਆ ਕਿਸਮ ਦੀ ਸ਼ਬਦਾਵਲੀ ਵਰਤੀ ਗਈ ਹੈ, ਉਹ ਵੀ ਤਾਂ ਸਾਡੇ ਹੀ ਲੋਕ ਨੇ ਜਿਹੜੇ ਪੰਜਾਬੀ ਤੁਸੀਂ ਲਿਖਿਆ, ਉਹ ਵੀ ਪੰਜਾਬੀ ਧੀਆਂ ਭੈਣਾਂ ਵੀ ਪੜ੍ਹ ਰਹੀਆਂ, ਸਾਰੇ ਪੜ੍ਹ ਰਹੇ ਨੇ, ਤੁਸੀਂ ਆ ਕੇ ਬੋਲ ਵੀ ਰਹੇ ਹੋ। ਤੇ ਮੈਂ ਸਮਝਦਾ ਕਿ ਜੇ ਤੁਸੀਂ ਕਿਸੇ ਦੇ ਵਿੱਚ ਨੁਕਸ ਕੱਢਣਾ ਪੈਣਾ, ਤੁਹਾਨੂੰ ਆਪਣੇ ਵੱਲ ਛੋਟੀ ਜਿਹੀ ਕੋਈ ਕੰਟਰੋਵਰਸੀ ਜੁੜ ਗਈ ਤਾਂ ਉਹ ਇਕੱਲਾ ਪੈ ਜਾਂਦਾ, ਜਿੰਨਾ ਮਰਜ਼ੀ ਵੱਡਾ ਨਾਮ ਹੋਵੇ। ਰਾਣੀ ਸਾਹਿਬ ਕੋਈ ਆ ਕੇ ਨਾਲ ਨਹੀਂ ਖੜਦਾ ਕਿ ਕੋਈ ਗੱਲ ਨੀ, ਜੋ ਹੋ ਗਿਆ ਹੋਣਾ ਸੀ, ਗਲਤੀ ਵੀ ਹੋ ਗਈ, ਕੋਈ ਗੱਲ ਨੀ। ਮਾਨ ਸਾਹਿਬ ਤੋਂ ਚਲੋ ਠੀਕ ਹੈ, ਇੱਕ ਬਿਆਨ ਗਲਤ ਵੀ ਦਿੱਤਾ ਗਿਆ, ਪਰ ਇਕੱਲੇ ਪੈ ਗਏ ਹੋ, ਲੱਗਦਾ ਕਿ ਇਕੱਲੇ ਪੈ ਗਏ? ਬਿਲਕੁਲ ਲੱਗਦਾ ਇਕੱਲੇ ਪੈ ਗਏ। ਉਹਦਾ ਕਾਰਨ ਮੈਨੂੰ ਇਹੀ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੁੰਦਾ, ਜਿਹੜੇ ਵੱਡੇ ਵੱਡੇ ਨਾਂ ਹੁੰਦੇ ਨੇ, ਕਿ ਅਸੀਂ ਇਸ ਮਾਮਲੇ 'ਚ ਨਾ ਪਾਈਏ ਕਿਉਂਕਿ ਉਹੀ ਉਂਗਲਾਂ ਸਾਡੇ ਵੱਲ ਮੁੜ ਜਾਣੀਆਂ ਜਿਹੜੀਆਂ ਮਾਨ ਸਾਹਿਬ ਨਾਲ ਲੈ ਕੇ। ਮੈਂ ਸਮਝਦਾ ਇਸ ਕਰਕੇ ਅਸੀਂ ਤਾਂ ਕਾਫੀ ਸਾਲਾਂ ਤੋਂ ਇੱਕ ਐਸੋਸੀਏਸ਼ਨ ਚਲਾਉਂਦੇ ਹਾਂ, ਉਹਦੇ ਵਿੱਚ ਲੋਕਾਂ ਨੂੰ ਬਹੁਤ ਵਾਰੀ ਹੋਕਾ ਦਿੱਤਾ ਕਿ ਆਓ ਆਪਾਂ ਇਕੱਠੇ ਹੋਈਏ, ਤਾਂ ਕਿ ਜਿਹੜੇ ਸਾਡੇ ਸਾਂਝੇ ਮਸਲੇ ਨੇ, ਕਲਾ ਨਾਲ ਜੁੜੇ ਮਸਲੇ ਨੇ, ਆਪਾਂ ਉਹਨਾਂ 'ਚ ਤਾਂ ਇਕੱਠੇ ਹੋਈਏ, ਘੱਟੋ ਘੱਟ ਗੱਲ ਕਰੀਏ ਬਹਿ ਕੇ। ਮੇਰੇ ਨਾਲ ਬਣੇ ਰਹੋ, ਸਾਡੇ ਨਾਲ ਅੱਜ ਕੁਝ ਹੋਰ ਵੀ ਵਿਦਵਾਨ ਜੁੜੇ ਹੋਏ ਨੇ, ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ। ਸਾਡੇ ਨਾਲ ਪਾਲੀ ਭੁਪਿੰਦਰ ਜੀ ਜੁੜੇ ਹੋਏ ਨੇ, ਸਰ ਬਹੁਤ ਬਹੁਤ ਸਵਾਗਤ ਹੈ, ਮੇਰੀ ਆਵਾਜ਼ ਉਮੀਦ ਹੈ ਤੁਹਾਡੇ ਤੱਕ ਪਹੁੰਚਣੀ ਹੋਏਗੀ। ਬਹੁਤ ਖੁੱਲ ਕੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਹੋ, ਲੋਕ ਪੜ੍ਹਦੇ ਨੇ, ਦੇਖਦੇ ਨੇ, ਤੁਸੀਂ ਇਸ ਪੂਰੇ ਵਿਵਾਦ ਨੂੰ ਕਿਵੇਂ ਦੇਖ ਰਹੇ ਹੋ? ਪਹਿਲੀ ਨਜ਼ਰ ਦੇ ਵਿੱਚ ਜੋ ਸਾਨੂੰ ਨਜ਼ਰ ਆ ਰਿਹਾ ਕਿ ਇੱਕ ਤਰੀਕੇ ਨਾਲ ਇਹ ਸੋਸ਼ਲ ਮੀਡੀਆ ਦਾ ਖੌਫ ਬਣ ਗਿਆ ਕਲਾਕਾਰਾਂ ਦੇ ਦਿਮਾਗ ਦੇ ਵਿੱਚ, ਕਲਾਕਾਰ ਕੀ ਕੋਈ ਵੀ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਕੋਈ ਵੀ ਸ਼ਖਸ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਲੋਕ ਕਿਹੜੇ ਪਾਸੇ ਨੂੰ ਹੋ ਜਾਣ, ਕੁਛ ਨਹੀਂ ਪਤਾ ਕਿਹੜੀ ਸਾਡੀ ਗੱਲ ਕਹੀ ਹੋਈ ਕਿਸ ਪਾਸੇ ਨੂੰ ਚਲੀ ਜਾਵੇ। ਇਸ ਪੂਰੇ ਵਿਵਾਦ ਨੂੰ ਤਾਂ ਲੱਗਦਾ ਕਿ 4 ਸਾਲ ਬਾਅਦ ਵੀ ਹੰਢਾ ਰਹੇ ਨੇ ਗੁਰਦਾਸ ਮਾਨ। ਹਾਂ ਬਿਲਕੁਲ, ਇਹ ਬਹੁਤ ਹੀ ਮੰਦਭਾਗਾ ਕਿਸਮ ਦਾ ਵਿਵਾਦ ਹੈ, ਮੈਨੂੰ ਲੱਗਦਾ ਕਿ ਅਨਨੈਸੈਸਰੀ ਹੈ ਔਰ ਪੂਰੀ ਪੰਜਾਬੀ ਕਮਿਊਨਿਟੀ ਲਈ ਇਹ ਹਾਰਮਫੁਲ ਹੈ, ਹਨਾ। ਸਾਡੇ ਪੰਜਾਬੀਆਂ ਦੀ ਇਮੇਜ ਖਰਾਬ ਹੋ ਰਹੀ ਹੈ। ਇਹ ਠੀਕ ਹੈ ਕਿ ਜਿਹੜੇ ਲੋਕ ਵਿਰੋਧ ਕਰਦੇ ਨੇ ਉਹਨਾਂ ਦਾ ਆਪਣੀ ਥਾਂ ਗੁੱਸਾ ਹੋ ਸਕਦਾ, ਮਾਨ ਸਾਹਿਬ ਦਾ ਆਪਣਾ ਪੱਖ ਹੈ, ਪਰ ਮੇਰਾ ਸਵਾਲ ਇਹ ਹੈ ਕਿ ਇਹਨੂੰ ਕਿੰਨੀ ਦੇਰ ਘੜੀਸਾਂਗੇ, ਕਿੰਨੀ ਦੇਰ ਇਸ ਨੂੰ ਖਿੱਚਾਂਗੇ, ਖਾਸ ਤੌਰ ਤੇ ਜਦੋਂ ਗੁਰਦਾਸ ਮਾਨ ਵਰਗੀ ਸ਼ਖਸੀਅਤ ਵਾਰ ਵਾਰ ਮੁਆਫ਼ੀ ਮੰਗ ਰਹੀ ਹੋਵੇ, ਫਿਰ ਐਡਾਮੈਂਟ ਹੋ ਕੇ ਤੁਸੀਂ ਮਤਲਬ ਕਿ ਵਿਰੋਧ ਕਰੀ ਚੱਲੋ, ਇਹ ਖਾਂ ਖਾਂ ਵਿਰੋਧ ਦੇ ਲਈ ਵਿਰੋਧ ਹੈ, ਇਹਦਾ ਕੋਈ ਮਤਲਬ ਨਹੀਂ। ਅਸੀਂ ਆਪਣੀ ਪੰਜਾਬੀ ਕਮਿਊਨਿਟੀ ਦੀ ਇਮੇਜ ਸਾਰੀ ਦੁਨੀਆ ਸਾਹਮਣੇ ਖਰਾਬ ਕਰ ਰਹੇ ਹਾਂ, ਅਸੀਂ ਰਿੱਝੜ ਜਾਹਿਲ ਕਿਸਮ ਦੇ ਲੋਕ ਨਜ਼ਰ ਆਉਣ ਲੱਗ ਪਿਆ ਹੁਣ। ਮੈਂ ਮੰਨਦਾ ਕਿ ਗੁਰਦਾਸ ਮਾਨ ਜੀ ਨੇ ਉਸ ਵੇਲੇ ਜਿਹੜੀ ਸਟੇਜ ਤੋਂ ਇੱਕ ਉਹਨਾਂ ਦੇ ਮੂੰਹੋਂ ਗਾਲ ਨਿਕਲ ਗਈ,
ਉਹ ਇੱਕ ਬਹੁਤ ਮਤਲਬ ਕਿ ਮਾੜੀ ਚੀਜ਼ ਸੀ। ਲੇਕਿਨ ਮੇਰਾ ਸਵਾਲ ਇਹ ਹੈ ਕਿ ਗਾਲਾਂ ਤਾਂ ਪੰਜਾਬੀ ਸਾਰੇ ਥਾਂ ਥਾਂ ਤੇ ਕੱਢਦੇ ਨੇ, ਔਰ ਮਾਨ ਸਾਹਿਬ ਦੀ ਜਿੰਨੀ ਉਮਰ ਹੈ ਸਾਡੇ ਪਿਓ ਦੀ ਥਾਂ ਤੇ ਮੈਂ ਕਹੂੰਗਾ ਬਹੁਤੇ ਲੋਕਾਂ ਦੀ ਥਾਂ ਤੇ ਹੋਣਗੇ, ਕਦੇ ਕਦੇ ਸਾਡਾ ਪਿਓ ਕਿਹੜਾ ਸਾਨੂੰ ਗਾਲਾਂ ਨਹੀਂ ਕੱਢ ਜਾਂਦਾ। ਔਰ ਦੂਜੀ ਗੱਲ ਹੈ 40 ਸਾਲ ਦਾ ਮਾਨ ਸਾਹਿਬ ਦਾ ਕੈਰੀਅਰ ਹੈ ਨਾ, ਉਹਨਾਂ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ, ਉਹਨਾਂ ਨੇ ਬਹੁਤ ਕਮਾਲ ਦਾ ਗਾਇਆ, ਔਰ ਉਹਨਾਂ ਨੇ ਉਸ ਵੇਲੇ ਗਾਣਾ ਸ਼ੁਰੂ ਕੀਤਾ ਜਦੋਂ ਦੁਗਾਣਿਆਂ ਕਰਕੇ ਪੰਜਾਬੀ ਗਾਇਕੀ ਬਹੁਤ ਬਦਨਾਮ ਹੋ ਗਈ ਸੀ, ਤਾਂ ਉਹਨਾਂ ਨੇ ਕੱਲਿਆਂ ਨੇ ਪੰਜਾਬੀ ਗਾਇਕੀ ਨੂੰ ਉਸ ਘੇਰੇ ਚੋਂ ਕੱਢ ਕੇ ਬਹੁਤ ਉੱਚੀ ਥਾਂ ਤੇ ਲੈ ਕੇ ਗਏ, ਸਾਫ਼ ਸੁਥਰੀ ਗਾਇਕੀ ਵੱਲ ਮੋੜਿਆ। ਤੇ 40 ਸੈਕਿੰਡ ਦੀ ਉਸ ਛੋਟੀ ਜਿਹੀ ਗੱਲ ਨੂੰ ਉਹਨਾਂ ਦੇ 40 ਸਾਲ ਦੇ ਕਰੀਅਰ ਦੇ ਮੂਹਰੇ ਭੁੱਲਿਆ ਜਾ ਸਕਦਾ ਸੀਗਾ। ਔਰ ਖਾਸ ਤੌਰ ਤੇ ਜਦੋਂ ਵਾਰ ਵਾਰ ਉਹ ਮਾਫ਼ੀ ਮੰਗ ਰਹੇ ਹੈਗੇ, ਐਡੀ ਵੱਡੀ ਸ਼ਖਸੀਅਤ ਨੂੰ ਦੂਜੀ ਵਾਰੀ ਕਹਿਣ ਦੀ ਲੋੜ ਨਹੀਂ ਹੁੰਦੀ, ਉਹ ਉਹਦੇ ਕਿਸਾਨ ਅੰਦੋਲਨ 'ਚ ਵੀ ਗਏ, ਉੱਥੇ ਵੀ ਲੋਕਾਂ ਨੇ ਮਤਲਬ ਕਿ ਉਹਨਾਂ ਨਾਲ ਸਹੀ ਸਲੂਕ ਨਹੀਂ ਕੀਤਾ। ਬੇਇੰਤਿਹਾ ਪਿਆਰ ਕਰਦੇ ਹੁੰਦੇ ਨੇ, ਫਿਰ ਤੁਹਾਡੀ ਜ਼ਬਾਨ ਸਲਿਪ ਕਿਵੇਂ ਹੋ ਸਕਦੀ? ਤੁਸੀਂ ਨਹੀਂ ਕਰ ਸਕਦੇ ਨਾ, ਤੁਸੀਂ ਨਹੀਂ ਇਸ ਤਰੀਕੇ ਦੀ ਗੱਲ ਬੋਲ ਸਕਦੇ। ਕਿਹੜਾ ਹਿਊਮਨ ਬੀਇੰਗ ਨਹੀਂ ਹੁੰਦੇ, ਪਬਲਿਕ ਫਿਗਰ ਇਨਸਾਨ ਨਹੀਂ ਹੁੰਦੇ, ਉਹਨਾਂ ਨੂੰ ਦਰਦ ਨਹੀਂ ਹੁੰਦਾ, ਉਹਨਾਂ ਨੂੰ ਤਕਲੀਫ਼ ਨਹੀਂ ਹੁੰਦੀ, ਉਹ ਉਦਾਸ ਨਹੀਂ ਹੁੰਦੇ। ਤੁਸੀਂ ਆਪ ਕਹਿ ਰਹੇ ਹੋ ਕਿ ਜਦੋਂ ਕਿਸੇ ਪਬਲਿਕ ਫਿਗਰ ਦੇ ਉੱਪਰ ਕੋਈ ਸੰਕਟ ਆਉਂਦਾ ਉਹ ਇਕੱਲਾ ਪੈ ਜਾਂਦਾ, ਲੋਕੀ ਸਮਝਦੇ ਨਹੀਂ। ਪਬਲਿਕ ਫਿਗਰ ਨਾਲ ਜੈਲਸੀ ਕਰਨ ਵਾਲੇ ਲੋਕ ਹੁੰਦੇ ਆ, ਖਾਸ ਤੌਰ ਤੇ ਸਾਡੇ ਪੰਜਾਬੀ ਸੱਭਿਆਚਾਰ ਦੀ ਤਾਂ ਇਹ ਸੁਭਾਅ ਹੈ ਕਿ ਸਾਡੇ ਵਿੱਚੋਂ ਬੰਦਾ ਕੋਈ ਤਾਂ ਉੜਦਾ ਹੋਵੇ ਅਸੀਂ ਉਸਨੂੰ ਆਪਣਾ ਹੀਰੋ ਨਹੀਂ ਮੰਨਦੇ, ਅਸੀਂ ਉਹਦੇ ਨਾਲ ਜੈਲਸੀ ਕਰਨ ਲੱਗ ਪੈਂਦੇ ਹਾਂ ਖਾਮ ਖਾਂ। ਸਾਡੇ ਜਿਹੜੇ ਸਾਡੇ ਹੀ ਬੱਚੇ ਨੇ, ਸਾਡੇ ਹੀ ਲੋਕ ਨੇ ਜਿਹੜੇ ਦੁਨੀਆਂ ਤੱਕ ਫੈਲੇ ਹੋਏ ਨੇ, ਨਾਮ ਲੈ ਕੇ ਜਾਂਦੇ ਨੇ, ਕਦੇ ਕਿਹੋ ਜਿਹਾ ਗਾਉਂਦੇ ਨੇ, ਚੰਗਾ ਮਾੜਾ ਹਰ ਤਰੀਕੇ ਦਾ ਗਾਉਂਦੇ ਨੇ, ਅਸੀਂ ਕਮਰਸ਼ੀਅਲ ਲਾਈਨ ਦੀਆਂ ਲਾਈਨਾਂ ਸੁਣ ਕੇ ਉਹਨਾਂ ਨੂੰ ਖਿੱਚਣਾ ਥੋੜ੍ਹੀ ਹੈ। ਜੇ ਅੱਜ ਸਾਡਾ ਦਲਜੀਤ ਸਾਡਾ ਸੁਪਰ ਸਟਾਰ ਹੈ, ਸਾਰੀ ਦੁਨੀਆ ਸਾਡਾ ਨਾਮ ਰੋਸ਼ਨ ਕਰ ਰਿਹਾ, ਤੇ ਸਾਨੂੰ ਉਹਨੂੰ ਬੈਕਅਪ ਦੇਣਾ ਪਊਗਾ ਨਾ। ਸਾਡੇ ਸਾਨੂੰ ਪਤਾ ਨਹੀਂ ਕੀ ਬਿਮਾਰੀ ਹੈ ਪੰਜਾਬੀਆਂ ਨੂੰ ਕਿ 40 ਸਾਲ ਦਾ ਅਸੀਂ ਉਹਦੇ ਮੁਲੰਕਣ ਹੀ ਕਰਨ ਨੂੰ ਤਿਆਰ ਨਹੀਂ ਕਿ ਗੁਰਦਾਸ ਮਾਨ ਦੇ ਨਾਲ ਪੰਜਾਬੀ ਗਾਇਕੀ ਪੰਜਾਬੀ ਸੱਭਿਆਚਾਰ ਨੂੰ ਕਿੰਨਾ ਉਤਸ਼ਾਹ ਮਿਲਦਾ, ਤੇ ਅਸੀਂ ਉਹਨਾਂ ਦੀ ਇੱਕ 40 ਸੈਕਿੰਡ ਦੀ ਗੱਲ ਨੂੰ ਤੂਲ ਬਣਾ ਕੇ ਬੈਠੇ ਹਾਂ। ਔਰ ਜਦੋਂ ਮਾਫ਼ੀ ਮੰਗ ਗਏ ਉਹ, ਦਫ਼ਾ ਕਰੋ ਗੱਲ ਨੂੰ, ਜਾਣ ਦਿਓ ਕਿੱਡੀ ਕੁ ਵੱਡੀ ਗੱਲ ਹੈ ਕਿ ਤੁਸੀਂ ਕਹੋ ਕਿ ਹੁਣ ਅਸੀਂ ਇਸ ਗੱਲ ਨੂੰ ਇਸ਼ੂ ਬਣਾਉਣਾ, ਅਸੀਂ ਆਪਣਾ ਜਲੂਸ ਕੱਢ ਰਹੇ ਹਾਂ, ਮੈਨੂੰ ਤਾਂ ਇਹ ਲੱਗਦਾ। ਠੀਕ ਹੈ, ਚਲੋ ਸਰ ਮੈਂ ਤੁਹਾਡੇ ਕੋਲ ਵਾਪਸ ਆਉਂਦਾ, ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਮਨਪ੍ਰੀਤ ਸੰਧੂ ਜੀ ਵੀ ਜੁੜੇ ਹੋਏ ਨੇ, ਪੰਜਾਬੀ ਗਾਇਕੀ ਦੇ ਨਾਲ ਤਾਲੁਕ ਰੱਖਦੇ ਨੇ। ਬਹੁਤ ਬਹੁਤ ਸਵਾਗਤ ਹੈ ਸੰਧੂ ਸਾਹਿਬ। ਧਨੀਰਵਰ ਰਾਓ ਜੀ ਵੀ ਸਾਡੇ ਨਾਲ ਜੁੜੇ ਨੇ, ਮੈਂ ਉਹਨਾਂ ਦਾ ਵੀ ਰੁੱਖ ਕਰਾਂਗਾ, ਪਰ ਪਹਿਲਾਂ ਮੈਂ ਇੱਕ ਵਾਰੀ ਸੰਧੂ ਸਾਹਿਬ ਦਾ ਰੁੱਖ ਕਰਾਂ। ਸੰਧੂ ਸਾਹਿਬ, ਤੁਸੀਂ ਇਸ ਪੂਰੀ ਕੰਟਰੋਵਰਸੀ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਦੇਖੋ, ਮੈਂ ਵਾਰ ਵਾਰ ਜ਼ਿਕਰ ਕਰ ਰਿਹਾ ਕਿ ਇੰਡਸਟਰੀ ਹੋਵੇ ਕੋਈ ਵੀ ਹੋ, ਚਾਹੇ ਸਿੰਗਿੰਗ ਹੋਵੇ, ਐਕਟਿੰਗ ਦੀ ਹੋਵੇ, ਬਾਲੀਵੁੱਡ ਹੋਵੇ, ਬਾਲੀਵੁੱਡ ਹੋਵੇ, ਲੋਕ ਇਕੱਲੇ ਪੈ ਜਾਂਦੇ ਨੇ, ਕਿਨਾਰਾ ਕਰਦੇ ਨੇ ਕਿ ਪਤਾ ਨਹੀਂ ਸਾਡੇ ਵਾਲੇ ਪਾਸੇ ਨਾ ਜਾਵੇ। ਪਰ ਕੀ ਵਾਕਈ ਹੀ ਗੁਰਦਾਸ ਮਾਨ ਦੇ ਨਾਮ ਦੇ ਨਾਲ ਇਹ ਕੰਟਰੋਵਰਸੀ ਇੰਨੀ ਵੱਡੀ ਹੈ ਕਿ ਉਹਨਾਂ ਦੇ ਕਰੀਅਰ ਦੇ ਉੱਤੇ ਭਾਰੀ ਪੈ ਗਈ ਜਾਂ ਪੈ ਜਾਣੀ ਚਾਹੀਦੀ ਸੀ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿਉਂਕਿ ਸਾਡੇ ਸਿੰਗਿੰਗ ਲਾਈਨ ਦੇ ਵਿੱਚ ਉਹਨਾਂ ਨੂੰ ਗਾਇਕੀ ਦੇ ਬੋਰਡ ਮੰਨਿਆ ਜਾਂਦਾ ਜੀ, ਕਿਉਂਕਿ ਉਹਨਾਂ ਤੋਂ ਸਿੱਖ ਸਿੱਖ ਕੇ ਇੱਥੋਂ ਤੱਕ ਪਹੁੰਚੇ ਆ। ਮੈਂ ਤਾਂ ਸੋਚਦਾ ਸਾਡੇ ਪੰਜਾਬੀ ਹੈ, ਜਿੱਦਾਂ ਕਈ ਮੇਰੇ ਦੇਖਣ ਦੀ ਗੱਲ ਆ, ਪਤਾ ਨਹੀਂ ਸਾਰੀ ਦੁਨੀਆਂ ਨੂੰ ਵੀ ਪਤਾ ਕਿ ਉਹਨਾਂ ਤੋਂ ਪਤਾ ਨਹੀਂ ਕਿੰਨੇ ਕੁ ਸਿੰਗਰ ਉਹਨਾਂ ਨੂੰ ਦੇਖ ਦੇਖ ਕੇ ਬਣੇ। ਪਹਿਲੀ ਗੱਲ, ਕੋਈ ਵੀ ਬੰਦਾ ਸਟੇਜ ਤੇ ਗਾ ਰਿਹਾ, ਮੰਨ ਲਓ ਕੋਈ ਵੀ ਕਰ ਰਿਹਾ, ਕਿਸੇ ਕੋਲੋਂ ਵੀ ਗਲਤੀ ਹੋ ਸਕਦੀ ਹੈ, ਕੋਈ ਇੰਨਾ ਵੱਡਾ ਨਹੀਂ ਇਹਨੂੰ ਇਸ਼ੂ ਬਣਾਉਣਾ ਚਾਹੀਦਾ। ਚਲੋ ਜੇ ਉਹਨਾਂ ਨੇ ਕੀਤੀ ਵੀ, ਉਹਨਾਂ ਨੇ ਪਹਿਲਾਂ ਵੀ ਕਿਹਾ ਕਿ ਜੇ ਮੇਰੇ ਕੋਲ ਕੁਛ ਗਲਤੀ ਹੋਈ ਹੈ, ਚਲੋ ਜੇ ਕੁਛ ਬੋਲਿਆ ਗਿਆ ਉਹ। ਮਨਪ੍ਰੀਤ, ਥੋੜ੍ਹਾ ਜਿਹਾ ਨੈਟਵਰਕ ਦਾ ਇਸ਼ੂ ਲੱਗ ਰਿਹਾ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਂ ਪੰਡਿਤ ਧਨੇਰਵਰ ਰਾਓ ਜੀ ਦਾ ਰੁੱਖ ਕਰ ਲਵਾਂ। ਧਨੇਰਵਰ ਰਾਓ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਹੋਏਗੀ। ਮੇਰਾ ਸਵਾਲ ਇਹ ਹੈ ਕਿ ਤੁਸੀਂ ਪੰਜਾਬੀ ਨੂੰ ਲੈ ਕੇ ਬਹੁਤ ਜਿਹੜੀ ਇੱਕ ਤਰੀਕੇ ਨਾਲ ਮੁਹਿੰਮ ਚਲਾਉਂਦੇ ਹੋ, ਮਾਂ ਅਤੇ ਮਾਸੀ ਵਾਲੀ ਸਟੇਟਮੈਂਟ ਨੇ ਤੁਹਾਨੂੰ ਵੀ ਆਹਤ ਕੀਤਾ?
ਜੋ ਗੁਰਦਾਸ ਮਾਨ ਨੇ 4-5 ਸਾਲ ਪਹਿਲਾਂ ਦਿੱਤੀ ਸੀ? ਜੀ, ਅੱਜ ਗੁਰਦਾਸ ਸਿੰਘ ਸਾਹਿਬ ਦੇ ਵੀਡੀਓ ਮਾਫੀ ਮੰਗਦੇ ਹੋਏ ਵੇਖ ਕੇ, ਉਹਨਾਂ ਦੇ ਅੱਖਾਂ ਵਿੱਚ ਹੰਝੂ ਵੇਖ ਕੇ, ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਗੁਰਦਾਸ ਮਾਨ ਸਾਹਿਬ ਆਪਣੀ ਵੱਲੋਂ ਕੀਤੀ ਗਈ ਕੁਛ ਗਲਤੀਆਂ ਦੀ ਅਹਿਸਾਸ ਕੀਤੇ ਨੇ ਜੀ। ਮੈਨੂੰ ਲੱਗਦਾ ਹੈ ਇੰਨੀ ਵੱਡੀ ਕਲਾਕਾਰ ਦੇ ਅੱਖਾਂ ਵਿੱਚ ਹੰਝੂ ਦੇਖਣਾ ਹੀ ਬਹੁਤ ਦੁੱਖ ਦੀ ਗੱਲ ਹੈ। ਉਹਨਾਂ ਨੂੰ ਸਨਮਾਨ ਕਰਨ ਦੀ ਲੋੜ ਹੈ, ਉਹਨਾਂ ਨੂੰ ਸਤਿਕਾਰ ਕਰਨ ਦੀ ਲੋੜ ਹੈ। ਭਾਵੇਂ ਗਲਤੀ ਹੋ ਸਕੇ, ਹੋ ਚੁੱਕੇ ਨੇ, ਮਾਫ਼ ਕਰਨ ਦੀ ਲੋੜ ਹੈ। ਉਹਨਾਂ ਨੇ ਖੁਦ ਕਿਹਾ ਕਿ ਪੰਜਾਬੀ ਲੋਕਾਂ ਦੀ ਦਿਲ ਬਹੁਤ ਵੱਡੀ ਹੈ ਕਿ ਮਾਫ਼ ਕਰਨਾ, ਮਾਫ਼ ਦੇਣਾ ਚਾਹੀਦਾ। ਮੈਨੂੰ ਲੱਗਦਾ ਇਹ ਦੇਣਾ ਵੀ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਗੁਰਦਾਸ ਮਾਨ ਸਾਹਿਬ ਖੁਦ ਖਡੂਰ ਸਾਹਿਬ ਜਿੱਥੇ ਪੰਜਾਬੀ ਭਾਸ਼ਾ ਦੀ ਉਤਪੰਨ ਹੋਈ ਉੱਥੇ ਜਾ ਕੇ ਵੀ ਮਾਫ਼ੀ ਮੰਗਣਗੇ, ਮੈਨੂੰ ਪੂਰਾ ਆਸ ਤੇ ਉਮੀਦ ਹੈ। ਮੈਨੂੰ ਪੂਰਾ ਆਸ ਤੇ ਉਮੀਦ ਹੈ ਸਾਹਿਬ ਦੀ ਸਥਾਪਨਾ ਹੋਈ ਹੈ ਉੱਥੇ ਵੀ ਜਾ ਕੇ ਮਾਫ਼ੀ ਮੰਗਣਗੇ। ਜੀ ਜੀ, ਨਹੀਂ ਫਿਰ ਗੱਲ ਤਾਂ ਉਹੀ ਆ ਗਈ ਨਾ, ਜਿੱਥੇ ਰਾਓ ਜੀ, ਫਿਰ ਗੱਲ ਉਹੀ ਆ ਗਈ ਕਿ ਹੋਰ ਮਾਫ਼ੀਆਂ ਮੰਗੀ ਜਾਣ, ਉਹ ਕਿ ਅੱਜ ਉਹਨਾਂ ਨੇ ਇੱਥੇ ਮਾਫ਼ੀ ਮੰਗੀ ਹੈ, ਕੱਲ ਨੂੰ ਉੱਥੇ ਜਾ ਕੇ ਵੀ ਮਾਫ਼ੀ ਮੰਗਣ। ਤੁਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਕਹਿ ਰਹੇ ਹੋ, ਮੈਨੂੰ ਲੱਗਦਾ ਸ਼ਾਇਦ ਸੁਣ ਰਹੇ ਹੋਣ ਜਾਂ ਅੱਗੇ ਜਾ ਕੇ ਉਹਨਾਂ ਦੇ ਕੋਲ ਵੀਡੀਓ ਪਹੁੰਚ ਜਾਏਗੀ, ਤਾਂ ਲੱਗਦਾ ਕਿ ਇਹ ਮਾਫ਼ੀ ਕਾਫ਼ੀ ਨੇ ਉੱਥੇ ਜਾ ਕੇ ਵੀ ਮਾਫ਼ੀ ਮੰਗਣ। ਜੀ ਨਹੀਂ, ਜਿੱਥੇ ਜਿੱਥੇ ਗਲਤੀ ਹੋਇਆ ਹੈ ਉੱਥੇ ਤਾਂ ਕਰਨਾ ਪਊਗਾ। ਇੱਕੋ ਇੱਕ ਪਰਮਾਤਮਾ ਦੀ ਗੁਣਗਾਨ ਕਰਨ ਵਾਲੇ ਗੁਰਦਾਸ ਮਾਨ ਸਾਹਿਬ ਉੱਥੇ ਵੀ ਜਾ ਕੇ ਗੁਣਗਾਨ ਕਰਨਗੇ ਜਿੱਥੇ ਅਪਮਾਨ ਹੋਇਆ। ਗੁਰੂ ਅਮਰਦਾਸ ਸਾਹਿਬ ਨੂੰ ਕਿੱਥੇ ਕਿਸੇ ਨਾਲ ਜੋੜ ਕੇ ਗੱਲ ਕੀਤੀ ਹੈ, ਉਹ ਗਲਤੀ ਹੋਇਆ ਹੈ। ਹੁਣ ਗੁਰੂ ਅਮਰਦਾਸ ਦੀ ਦਰਬਾਰ ਵਿੱਚ ਜਾ ਕੇ ਵੀ ਮਾਫ਼ੀ ਮੰਗਣ ਦੀ ਲੋੜ ਹੈ, ਕਹਿਣ ਦਾ ਭਾਵ ਹੈ ਉਹ ਵੀ ਮੈਨੂੰ ਪੂਰਾ ਆਸ ਹੈ, ਉਮੀਦ ਹੈ ਉਹ ਕਰਨਗੇ। ਇੱਕ ਸਾਲ, ਦੋ ਸਾਲ, ਤਿੰਨ ਸਾਲ ਤੋਂ ਬਾਅਦ ਉਹ ਵੀ ਵਕਤ ਆਊਗਾ, ਉਹ ਖੁਦ ਖਡੂਰ ਸਾਹਿਬ ਜਾ ਕੇ ਜਿੱਥੇ ਪੰਜਾਬੀ ਭਾਸ਼ਾ ਦੀ ਉਤਪੰਨ ਹੋਈ ਉੱਥੇ ਵੀ ਗੁਣਗਾਨ ਕਰਨਗੇ ਪੰਜਾਬੀ ਭਾਸ਼ਾ ਦੇ। ਇਹ ਮਕਸਦ ਇੱਕੋ ਇੱਕ ਹੋਏਗੀ ਕਿ ਇਸ ਭਾਸ਼ਾ, ਇਸ ਸੱਭਿਆਚਾਰ ਦੀ ਉਤਪੰਨ ਉਤਸਤ ਸਭ ਨੂੰ ਕਰਨ ਦੀ ਲੋੜ ਹੈ। ਉਹ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਕੰਮ ਕਰਨਗੇ ਗੁਰਦਾਸ ਮਾਨ ਸਾਹਿਬ। ਗੁਰਦਾਸ ਮਾਨ ਸਾਹਿਬ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਗੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਗੇ ਲੋਕਾਂ ਨੂੰ। ਇਹ ਵਕਤ ਆਏਗੀ ਮਹਾਰਾਜ, ਤੁਸੀਂ ਦੇਖੋਗੇ, ਕਿਉਂਕਿ ਗੁਰਦਾਸ ਮਾਨ ਬਹੁਤ ਵੱਡੇ ਸ਼ਖਸੀਅਤ ਹੈ, ਉਹ ਉਹਨਾਂ ਦੇ ਵਿੱਚ ਉਹ ਸ਼ਕਤੀ ਹੈ, ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਸ਼ਕਤੀ ਹੈ, ਉਹ ਕਰਨਗੇ। ਠੀਕ ਹੈ, ਮੈਂ ਤੁਹਾਡੇ ਸੁਣਿਆ ਰਾਣੀ ਸਾਹਿਬ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਪਾਲੀ ਭੁਪਿੰਦਰ ਜੀ ਵੀ ਜੁੜੇ ਹੋਏ ਨੇ। ਰਾਣੀ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਮੈਂ ਥੋੜ੍ਹਾ ਇਹ ਸਮਝਣਾ ਚਾਹ ਰਿਹਾ ਤੁਹਾਡੇ ਕੋਲ ਕਿ ਸੋਸ਼ਲ ਮੀਡੀਆ ਨੂੰ ਇੰਡਸਟਰੀ ਕਿਵੇਂ ਦੇਖ ਰਹੀ ਹੈ ਇਸ ਸਮੇਂ? ਇੱਕ ਤਾਂ ਪਲੇਟਫਾਰਮ ਹੈ ਪ੍ਰਮੋਟ ਕਰਨ ਦਾ ਖੁਦ ਦੇ ਮੂਵੀਜ਼ ਗਾਣਿਆਂ ਨੂੰ, ਕਿ ਦੂਜੇ ਪਾਸੇ ਡਰ ਵੀ ਲੱਗਦਾ ਇਸ ਇਸ ਪਲੇਟਫਾਰਮ ਤੋਂ? ਰਾਣੀ ਸਾਹਿਬ, ਅੱਜ ਆਪਾਂ ਸੋਸ਼ਲ ਮੀਡੀਆ ਤੇ ਵੀ ਕੱਲ ਨੂੰ ਹੈ, ਕਿਉਂਕਿ ਇੰਟਰਵਿਊ ਵਾਇਰਲ ਹੋਣੀ ਹੈ, ਸਾਰੀ ਗੱਲਬਾਤ ਵਾਇਰਲ ਹੋਣੀ ਹੈ, ਲੋਕਾਂ ਤੱਕ ਪਹੁੰਚਣੀ ਹੈ, ਸਾਨੂੰ ਵੀ ਲੋਕਾਂ ਨੇ ਵੀ ਸਿਰਫ ਬੁਰਾ ਭਲਾ ਕਹਿਣਾ। ਪਰ ਮੈਂ ਇੱਕ ਤੁਹਾਡੇ ਗੱਲ ਕਹਿਣਾ, ਆਵਾਜ਼ ਨਹੀਂ ਆ ਰਹੀ ਤੁਹਾਡੀ, ਥੋੜਾ ਨੈਟਵਰਕ ਇਸ਼ੂ ਲੱਗ ਰਿਹਾ ਰਾਣੀ ਸਾਹਿਬ। ਜੀ, ਕੁਝ ਰਾਈਟਰ ਨੇ ਪਲੇਟ ਦੇ ਕੋਲੇ, ਕੁਝ ਕਲਾਕਾਰ ਨੇ, ਕੁਝ ਗਾਇਕ ਨੇ ਜੀ, ਪੰਜਾਬੀ ਪੰਜਾਬੀ ਬੰਦਿਆਂ ਨੇ ਜਿਨ੍ਹਾਂ ਨੇ ਪੂਰੀ ਦੁਨੀਆਂ ਚ ਮੱਲਾਂ ਮਾਰੀ, ਇਹਨਾਂ ਨੂੰ ਲੋਕਾਂ ਨੂੰ ਸਾਰੇ ਤਾਰ ਹੈ, ਤੁਸੀਂ ਕਿਹਨਾਂ ਲੋਕਾਂ ਨੂੰ? ਮੈਂ ਮਾਫ਼ੀ ਚਾਹੂੰਗਾ ਮਲਕੀਤ ਰਾਣੀ ਜੀ, ਤੁਹਾਡੀ ਨਾ ਆਵਾਜ਼ ਕਲੀਅਰ ਨਹੀਂ ਆ ਰਹੀ, ਮੇਰੀ ਟੀਮ ਤੁਹਾਨੂੰ ਕੱਟ ਕੇ ਦੁਬਾਰਾ ਫੋਨ ਲਗਾਏਗੀ ਤਾਂ ਕਿ ਤੁਹਾਡੀ ਆਵਾਜ਼ ਔਰ ਤੁਹਾਡੀ ਗੱਲ ਲੋਕਾਂ ਤੱਕ ਪਹੁੰਚ ਸਕੇ।
ਮੈਂ ਆਪਣੀ ਟੀਮ ਨੂੰ ਕਹਾਂਗਾ ਇੱਕ ਵਾਰ ਦੁਬਾਰਾ ਅਸੀਂ ਜੋੜ ਲਈਏ ਤਾਂ ਕਿ ਲੋਕਾਂ ਤੱਕ ਗੱਲ ਜ਼ਰੂਰ ਪਹੁੰਚ ਪਾਈ, ਉਹਨਾਂ ਦੀ ਗੱਲ ਸਮਝ ਨਹੀਂ ਆ ਰਹੀ ਜੋ ਕਹਿਣਾ ਚਾਹ ਰਹੇ ਨੇ, ਨੈਟਵਰਕ ਇਸ਼ੂ ਹੈ। ਮੈਂ ਪਾਲੀ ਭੁਪਿੰਦਰ ਜੀ ਦਾ ਇੱਕ ਵਾਰੀ ਫਿਰ ਰੁੱਖ ਕਰ ਲਵਾਂ। ਸਰ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੱਕ ਤਰੀਕੇ ਨਾਲ ਆਪਾਂ ਸਾਰੇ ਹੁਣ ਇੱਕ ਦੂਜੇ ਪੰਜਾਬੀਆਂ ਦਾ ਜਲੂਸ ਕੱਢਣ ਦੇ ਵਿੱਚ ਲੱਗੇ ਹੋਏ ਹਾਂ, ਪਰ ਕਿੰਨੀ ਪਰਸੈਂਟੇਜ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਬਾਕੀ ਇਹ ਸਮਝਿਆ ਜਾਵੇ ਕਿ ਇੱਕ ਵੱਡਾ ਤਬਕਾ ਸੀ ਜੋ ਗੁਰਦਾਸ ਮਾਨ ਦੇ ਉਸ ਸਟੇਟਮੈਂਟ ਤੋਂ ਆਹਤ ਹੋ ਗਿਆ, ਜਾਂ ਉਹ 4 ਸਾਲ ਬਾਅਦ ਅੱਜ ਵੀ ਉਹ ਵੱਡਾ ਤਬਕਾ ਹੈ ਜੋ ਪਰੇਸ਼ਾਨ ਹੈ, ਜਾਂ ਫਿਰ ਜਿਸ ਨੂੰ ਇੱਕ ਤਰੀਕੇ ਨਾਲ ਗੁਰਦਾਸ ਮਾਨ ਹੁਣ ਪਸੰਦ ਨਹੀਂ? ਵੱਡਾ ਤਬਕਾ ਕਦੇ ਨਹੀਂ ਹੁੰਦਾ। ਤੁਸੀਂ ਜਿਵੇਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਕੰਟਰੋਵਰਸੀਜ਼ ਕ੍ਰੀਏਟ ਕਰਦੇ ਨੇ ਉਹ ਭਾਵੇਂ ਗਿਣਤੀ ਵਿੱਚ ਜ਼ਿਆਦਾ ਹੋਣ, ਲਗਾਤਾਰ ਕੰਟਰੋਵਰਸੀਜ਼ ਕ੍ਰੀਏਟ ਕਰਦੇ ਨੇ, ਉਹ ਨਜ਼ਰ ਆਉਂਦੇ ਨੇ। ਔਰ ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਚੁੱਪ ਕਰ ਜਾਂਦੇ ਨੇ, ਦਫਾ ਕਰੋ ਯਾਰ ਅਸੀਂ ਕੀ ਲੈਣਾ, ਉਹ ਇਸ ਵਿਸ਼ੇ ਤੇ ਪੰਗੇ 'ਚ ਪੈਂਦੇ ਨੇ। ਠੀਕ ਹੈ, ਇਹ ਕੋਈ ਜ਼ਿਆਦਾ ਲੋਕ ਨਾਰਾਜ਼ ਨਹੀਂ ਹੈਗੇ, ਬਹੁਤੇ ਲੋਕ ਗੁਰਦਾਸ ਮਾਨ ਨੂੰ ਸੁਣ ਸੁਣ ਕੇ ਵੱਡੇ ਹੋਏ ਆ ਔਰ ਉਹਨਾਂ ਨੂੰ ਪਤਾ ਗੁਰਦਾਸ ਮਾਨ ਦੀ ਵੈਲਿਊ ਕੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਗੁਰਦਾਸ ਮਾਨ ਨੇ ਗਲਤੀ ਨਹੀਂ ਕੀਤੀ, ਜੇ ਮੈਂ ਗਿਣਾਉਣ ਲੱਗਾ ਮੈਂ ਮੰਨ ਕੇ ਚੱਲਦਾ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਗੁਰਦਾਸ ਮਾਨ ਜੀ ਲਗਾਤਾਰ ਗਲਤੀਆਂ ਕਰਦੇ ਆਏ ਨੇ ਔਰ ਉਹਨਾਂ ਨੇ ਜਦੋਂ ਮਾਫ਼ੀ ਵੀ ਮੰਗੀ ਹੈ ਹਰ ਇੱਕ ਮਾਫ਼ੀ ਵਿੱਚ ਸ਼ਰਤਾਂ ਲਾਉਂਦੇ ਰਹੇ ਕਿ ਬਟ ਇਸ ਕਰਦੇ ਆਏ। ਲੇਕਿਨ ਮੈਂ ਫਿਰ ਕਹਿੰਦਾ ਕਿ ਜਿਹੜੀ ਉਹਨਾਂ ਦੀ ਕੰਟਰੋਵਰਸੀ ਮਾਂ ਮਾਸੀ ਵਾਲੀ ਸੀਗੀ ਉਹ ਵੱਡੀ ਕੰਟਰੋਵਰਸੀ ਨਹੀਂ ਸੀ, ਉਹ ਗਲਤ ਟਾਈਮ ਤੇ ਜੁੜ ਗਈ। ਉਹਨਾਂ ਨੇ ਇਹ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਹਿੰਦੀ ਮਾਸੀ ਹੈ, ਇਹਨਾਂ ਗੱਲਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਹਿੰਦੀ ਉਰਦੂ ਸਾਡੀਆਂ ਸਭ ਭਾਸ਼ਾ ਬਾਕੀ ਨਾਲ ਦੀਆਂ ਭਾਸ਼ਾਵਾਂ ਨੇ, ਸਾਨੂੰ ਸਿੱਖਣੀਆਂ ਚਾਹੀਦੀਆਂ ਨੇ, ਪੜ੍ਹਨੀਆਂ ਚਾਹੀਦੀਆਂ ਨੇ। ਉਹ ਪ੍ਰੋਬਲਮ ਇਹ ਸੀ ਕਿ ਉਸ ਵੇਲੇ ਅਮਿਤ ਸ਼ਾਹ ਜੀ ਕੁਝ ਦਿਨ ਪਹਿਲਾਂ ਕਹਿ ਕੇ ਹਟੇ ਸੀਗੇ ਕਿ ਅਸੀਂ ਦੇਸ਼ ਵਿੱਚ ਇੱਕ ਦੇਸ਼ ਇੱਕ ਭਾਸ਼ਾ ਲਾਗੂ ਕਰਨ ਜਾ ਰਹੇ ਹਾਂ। ਉਸ ਮੌਕੇ ਉਹਨਾਂ ਕੋਲੋਂ ਉਹ ਬਿਆਨ ਦਿੱਤਾ ਗਿਆ ਤੇ ਉਹ ਗਲਤ ਤਰੀਕੇ ਨਾਲ ਇੰਟਰਪ੍ਰੇਟ ਹੋ ਗਿਆ ਔਰ ਮੰਦੇ ਭਾਗਾਂ ਨੂੰ ਉਹਨਾਂ ਕੋਲੋਂ ਸਟੇਜ ਤੇ ਗਾਲ ਨਿਕਲ ਗਈ। ਬਾਅਦ ਦੇ ਵਿੱਚ ਜਿੰਨਾ ਮਾਫ਼ੀਆਂ ਮੰਗੀਆਂ ਉਹਨਾਂ ਨੇ ਉਹ ਵੀ ਸ਼ਰਤਾਂ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਔਰ ਉਹ ਮਤਲਬ ਕਿ ਅਜੀਬ ਅਜੀਬ ਤਰੀਕੇ ਨਾਲ ਉਹ ਪਤਾ ਨਹੀਂ, ਪਰ ਉਹ ਗਾਣਾ ਵੀ ਬਹੁਤ ਵਧੀਆ ਨਹੀਂ ਸੀ। ਉਸ ਗਾਣੇ ਵਿੱਚ ਲਗਾਤਾਰ ਚੁਣ ਕੇ ਉਹਨਾਂ ਨੇ ਸਰਦਾਰ ਦਿਖਾਏ, ਜਿਹੜੇ ਗਾਤਰੇ ਵਾਲੇ ਚੁਣ ਕੇ ਮੁੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਕਿ ਸਿਰਫ ਸਿੱਖਾਂ ਨੇ ਮੈਨੂੰ ਟਾਰਗੇਟ ਕੀਤਾ। ਨਹੀਂ, ਪੰਜਾਬੀ ਲੋਕ ਨੇ, ਉਹਨਾਂ ਵਿੱਚ ਸਿੱਖ ਨਹੀਂ ਆ, ਉਹਨਾਂ ਵਿੱਚ ਹਿੰਦੂ ਵੀ ਨੇ, ਦਲਿਤ ਵੀ ਨੇ, ਬਹੁਤ ਕਿਸਮ ਦੇ ਲੋਕ ਨੇ, ਮੁਸਲਮਾਨ ਵੀ ਨੇ, ਕਈ ਲੋਕ ਪੰਜਾਬ ਦੇ ਵਿੱਚ ਰਹਿੰਦੇ ਨੇ, ਸਾਰੇ ਪੰਜਾਬੀ ਨੇ। ਤੇ ਗੁਰਦਾਸ ਮਾਨ ਜੀ ਨੇ ਗਲਤੀਆਂ ਕੀਤੀਆਂ, ਲੇਕਿਨ ਕੀ ਹੈ ਕਿ ਉਸ ਲੈਵਲ ਦਾ ਬੰਦਾ ਜਿਸਨੇ 40 ਸਾਲ ਪੰਜਾਬੀ ਦੀ ਬਹੁਤ ਵਧੀਆ ਤਰੀਕੇ ਨਾਲ ਗਾਇਕੀ ਦਿੱਤੀ ਹੋਵੇ ਤੇ ਅੱਜ ਉਹ ਬਿਲਕੁਲ ਮਤਲਬ ਕਿ ਨਿਮਾਣਾ ਹੋ ਕੇ ਮੁਆਫ਼ੀ ਮੰਗ ਰਿਹਾ ਹੋਵੇ, ਮੈਨੂੰ ਲੱਗਦਾ ਹੁਣ ਕੋਈ ਕੰਟਰੋਵਰਸੀ ਬਚੀ ਨਹੀਂ। ਤੁਸੀਂ ਕਹਿ ਰਹੇ ਹੋ ਕਿ ਗਿਣਤੀ ਬਹੁਤ ਘੱਟ ਹੁੰਦੀ ਹੈ, ਪਰ ਇਹ ਘੱਟ ਗਿਣਤੀ ਜਿਹੜੇ ਹੁੰਦੇ ਨੇ, ਮੈਂ ਕਹਿੰਦਾ ਚਾਹੇ 5-10 ਹੀ ਹੋਣ, ਕਿ ਕਿਸੇ ਥਾਂ ਦੇ ਉੱਤੇ ਕੋਈ ਸ਼ੋਅ ਹੋਵੇ ਉਸਨੂੰ ਇਫੈਕਟ ਤਾਂ ਕਰ ਦਿੰਦੇ ਨੇ, ਪ੍ਰਭਾਵਿਤ ਕਰਦੇ ਨੇ, ਇਨਫੈਕਟ ਕਈ ਵਾਰੀ ਸ਼ੋਅ ਨੂੰ ਕਰਵਾਉਣਾ ਹੀ ਮੁਸ਼ਕਿਲ ਹੋ ਜਾਂਦਾ, ਕੈਂਸਲ ਵਰਗੀ ਸਥਿਤੀ ਆ ਜਾਂਦੀ ਹੈ। ਗਲਤ ਹੈ, ਬਿਲਕੁਲ ਗਲਤ ਗੱਲ ਹੈ। ਮਤਲਬ ਕਿ ਹੁਣ ਉਹਨਾਂ ਨੂੰ ਸਗੋਂ ਗੁਰਦਾਸ ਮਾਨ ਨੂੰ ਸੁਣਨਾ ਚਾਹੀਦਾ, ਗੁਰਦਾਸ ਮਾਨ ਦਾ ਟਾਈਮ ਖਤਮ ਨਹੀਂ ਹੋਇਆ, ਹੁਣ ਉਹ ਬਹੁਤ ਐਕਸਪੀਰੀਅੰਸਡ ਮਤਲਬ ਕਿ ਰਾਈਟਰ ਨੇ, ਸਿੰਗਰ ਵੀ ਨੇ, ਸਗੋਂ ਇਸ ਮੌਕੇ ਤੇ ਜੋ ਗਾਣਗੇ ਉਹ ਵੀ ਸਾਡੇ ਲਈ ਮੁੱਲਵਾਨ ਹੋਊਗਾ। ਚੰਗੀ ਗਾਇਕੀ ਸਾਡੇ ਕੋਲ ਹੈ ਕਿੱਥੇ? ਠੀਕ ਹੈ, ਸਾਨੂੰ ਲੱਗਦਾ ਕਿ ਹੁਣ ਮੈਨੂੰ ਲੱਗਦਾ ਸੱਚੀ ਮੁੱਚੀ ਮਾਨ ਸਾਹਿਬ ਵੀ ਕਹਿ ਰਹੇ ਨੇ ਉਹਨਾਂ ਨੂੰ ਪੰਜਾਬੀਆਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਤੇ ਹੁਣ ਉਹਨਾਂ ਨੂੰ ਗੱਲ ਨੂੰ ਆਈ ਗਈ ਕਰ ਦੇਣੀ ਚਾਹੀਦੀ ਹੈ। ਉਹਨਾਂ ਨੂੰ ਐਡੀ ਵੱਡੀ ਦਿਖਾਉਣੀ ਚਾਹੀਦੀ ਹੈ ਕਿ ਨਹੀਂ ਯਾਰ ਅਸੀਂ ਮਾਫ਼ ਵਾਲੀ ਗੱਲ ਵੀ ਨਹੀਂ ਹੈਗੀ, ਕਿ ਕੋਈ ਗੱਲ ਨਹੀਂ, ਮਾਨ ਸਾਹਿਬ ਸਾਡੇ ਨੇ, ਅਸੀਂ ਗੱਲ ਨੂੰ ਆਈ ਗਈ ਕਰਦੇ ਹਾਂ, ਮੁਆਫ਼ੀ ਵੀ ਕਿਉਂ? ਉਸ ਲੈਵਲ ਦੇ ਉੱਪਰ ਪਹੁੰਚੇ ਬੰਦੇ ਨੂੰ ਮੁਆਫ਼ੀ ਵੀ ਕਿਉਂ ਮੰਗਣੀ ਪਵੇ? ਛੋਟੇ ਬੱਚੇ ਕੋਲੋਂ ਗਲਤੀ ਹੁੰਦੀ ਹੈ, ਪੇਰੈਂਟਸ ਨੂੰ ਡਾਂਗ ਥੋੜੀ ਮਾਰ ਦਿੰਦੇ ਆ, ਅਸੀਂ ਕਹਿ ਦਿੰਦੇ ਕੋਈ ਗੱਲ ਨਹੀਂ ਯਾਰ, ਹੋ ਗਈ ਤਾਂ ਕੋਈ ਗੱਲ ਨਹੀਂ, ਗਾਂ ਤੋਂ ਧਿਆਨ ਰੱਖੀ। ਅਸੀਂ ਮਾਨ ਸਾਹਿਬ ਨੂੰ ਇਹੀ ਕਹਿ ਸਕਦੇ, ਮਾਨ ਸਾਹਿਬ ਕੋਈ ਗੱਲ ਨਹੀਂ, ਜੋ ਹੋਣਾ ਸੀ ਹੋ ਗਿਆ, ਤੁਸੀਂ ਗਾਂ ਤੋਂ ਮਾੜਾ ਜਿਹਾ ਧਿਆਨ ਰੱਖਿਓ, ਕਿਉਂਕਿ ਮਾਨ ਸਾਹਿਬ ਨੇ ਫਿਰ ਜਿਵੇਂ ਆ ਗੁਰੂ ਅਮਰਦਾਸ ਵਾਲੀ ਗੱਲ ਕਹੀ, ਹੁਣ ਇਸ ਗੱਲ 'ਚ ਰੁਕ ਜਾਣ। ਠੀਕ ਹੈ, ਹੁਣ ਉਹ ਵੀ ਇਹੋ ਜਿਹੀ ਕੋਈ ਗੱਲ ਨਾ ਕਰਨ ਜਿਹਦੇ ਨਾਲ ਹੋਰ ਕੜੱਤਣ ਪੈਦਾ ਹੋਵੇ। ਹੁਣ ਮਤਲਬ ਕਿ ਪੰਜਾਬੀਆਂ ਨੂੰ ਵੀ ਚਾਹੀਦਾ ਕਿ ਉਹ ਬਿਲਕੁਲ ਹੁਣ ਸ਼ਾਂਤ ਹੋ ਕੇ ਗੱਲ ਨੂੰ ਆਈ ਗਈ ਕਰ ਦੇਣ। ਇਹਦੇ ਵਿੱਚ ਨਾ ਪੂਰੀ ਪੰਜਾਬੀ ਫਿਲਮ ਇੰਡਸਟਰੀ ਦਾ, ਮਿਊਜ਼ਿਕ ਇੰਡਸਟਰੀ ਦੀ ਭਲਾਈ ਹੈ। ਦੇਖੋ, ਮੈਂ ਜਿਹੜੀ ਲਾਸਟ ਗੱਲ ਕਹਿਣਾ ਚਾਹੂੰਗਾ ਕਿ ਸਾਨੂੰ ਪੰਜਾਬੀਆਂ ਨੂੰ ਇੱਕ ਗੱਲ ਸਮਝਣੀ ਪੈਣੀ ਹੈ ਕਿ ਸਾਡੇ ਪੰਜਾਬ ਕੋਲ ਕੋਈ ਇੰਡਸਟਰੀ ਨਹੀਂ ਹੈ,
ਸਾਡੇ ਕੋਲ ਇਕੱਲੀ ਖੇਤੀਬਾੜੀ ਹੈ, ਉਹ ਵੀ ਜਿਹੜੀ ਕਿ ਬਹੁਤ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਹੈ, ਤੁਸੀਂ ਜਾਣਦੇ ਹੋ ਉਹਦੇ ਉੱਪਰ ਕੀ ਕ੍ਰਾਈਸਿਸ ਨੇ, ਔਰ ਸਾਡੇ ਕੋਲ ਕੋਈ ਇੰਡਸਟਰੀ ਨਹੀਂ ਹੈ, ਸਾਡੇ ਕੋਲ ਇੰਡਸਟਰੀ ਲੱਗਣ ਦੇ ਚਾਂਸ ਨਹੀਂ ਹੈ, ਅਸੀਂ ਤਾਂਹੀਓ ਵਿਦੇਸ਼ਾਂ ਵਿੱਚ ਜਾ ਰਹੇ ਹਾਂ। ਤੇ ਇੱਕ ਮਿਊਜ਼ਿਕ ਤੇ ਫਿਲਮ ਇੰਡਸਟਰੀ ਪੰਜਾਬੀ ਦੀ ਬਹੁਤ ਵੱਡੀ ਤਾਕਤ ਹੈ, ਜਿਹੜੀ ਕਿ ਬਹੁਤ ਨੌਜਵਾਨਾਂ ਨੂੰ ਕੰਮ ਦਿੰਦੀ ਹੈ, ਰੁਜ਼ਗਾਰ ਦਿੰਦੀ ਹੈ, ਰੋਟੀ ਦਿੰਦੀ ਹੈ। ਜੇ ਇਹੋ ਜਿਹੀ ਇੰਡਸਟਰੀ ਇਹੋ ਜਿਹੀ ਪੋਲਿਟਿਕਸ 'ਚ ਫਸਣ ਲੱਗ ਪਈ ਨਾ, ਬਹੁਤ ਸਾਰੇ ਨੌਜਵਾਨਾਂ ਦਾ ਨੁਕਸਾਨ ਹੋਊਗਾ। ਗੁਰਦਾਸ ਮਾਨ ਜੀ ਤਾਂ ਹੁਣ ਉਸ ਲੈਵਲ ਤੇ ਨੇ ਜਿਨ੍ਹਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ, ਉਹ ਰੱਜੇ ਬੁੱਝੇ ਲੋਕ ਨੇ, ਪਰ ਇਹ ਇੰਡਸਟਰੀ 'ਚ ਇੱਕ ਵਾਰੀ ਪੋਲਿਟਿਕਸ ਵੜ ਗਈ ਨਾ, ਦੂਜਿਆਂ ਦੇ ਸ਼ੋਅ ਖਰਾਬ ਕਰਨ ਲੱਗ ਪੈਣਗੇ, ਚਾਰ ਬੰਦੇ ਇਕੱਠੇ ਕਰਕੇ ਕਿਹਨੂੰ ਨਹੀਂ ਖਰਾਬ ਕੀਤਾ ਜਾ ਸਕਦਾ, ਕਿਹਦੇ ਖਿਲਾਫ ਤੁਸੀਂ ਕੰਟਰੋਵਰਸੀ ਕ੍ਰੀਏਟ ਨਹੀਂ ਕਰ ਸਕਦੇ, ਕਦੇ ਕਿਸੇ ਦੀ ਕੋਈ ਗੱਲ ਲੈ ਕੇ ਕੰਟਰੋਵਰਸੀ ਕ੍ਰੀਏਟ ਕਰ ਲਓ, ਬਿਨਾਂ ਗੱਲ ਤੋਂ ਕੰਟਰੋਵਰਸੀ ਕ੍ਰੀਏਟ ਕਰਕੇ ਫਿਰ ਇੱਕ ਦੂਜੇ ਦੇ ਸ਼ੋਅ ਖਰਾਬ ਕਰਨਗੇ। ਆਹ ਮਸੇ ਰੋਟੀਆਂ ਸਾਡੇ ਨੌਜਵਾਨਾਂ ਨੂੰ ਬੱਚਾਰਿਆਂ ਨੂੰ ਬਣਨ ਲੱਗੀਆਂ, ਕਾਹਨੂੰ ਮਤਲਬ ਕਿ ਅਸੀਂ ਇਹਨੂੰ ਖਰਾਬ ਕਰੀਏ। ਮੈਂ ਵੀ ਪੰਜਾਬੀਆਂ ਨੂੰ ਇਹੀ ਕਹੂੰਗਾ ਸਾਰੇ ਕਲਾਕਾਰ ਭਾਈਚਾਰੇ ਵੱਲੋਂ, ਯਾਰ ਹੁਣ ਜਾਣ ਦਿਓ। ਮਲਕੀਤ ਰੌਣੀ ਜੀ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ। ਰੌਣੀ ਜੀ ਆਪਣੀ ਗੱਲ ਕੰਪਲੀਟ ਕਰ ਲਓ, ਪਹਿਲਾਂ ਆਵਾਜ਼ ਨਹੀਂ ਤੁਹਾਡੀ ਕਲੀਅਰ ਆ ਰਹੀ ਸੀ। ਮੈਂ ਇਹ ਕਹਿ ਰਿਹਾ ਸੀ ਜਿਵੇਂ ਸਾਹਿਬ ਨੇ ਕਿਹਾ ਕਿ ਹਰ ਸਟੇਟ ਦੇ ਕੋਲੇ ਨਾ ਆਪਣੇ ਰਾਈਟਰ ਹੁੰਦੇ ਨੇ ਜਿਹਨਾਂ ਤੋਂ ਪ੍ਰਾਊਡ ਫੀਲ ਕਰਦੇ ਨੇ, ਕਲਾਕਾਰ ਹੁੰਦੇ ਨੇ, ਸਿੰਗਰ ਹੁੰਦੇ ਨੇ ਹਰ ਸਟੇਟ ਦੇ ਕੋਲੇ, ਜਿਹਨਾਂ ਨੂੰ ਸਟਾਰ ਕਹਿੰਦੇ ਨੇ ਕਿ ਸਾਡੇ ਮਾਣ ਕਰਦੇ ਨੇ, ਜਿਹਨਾਂ ਤੇ ਕਿ ਸਾਡਾ ਇਹ ਮਾਣ ਮੱਤਾ ਬੰਦਾ। ਉਹ ਜਿਹੜੇ ਬੰਦੇ ਨੇ ਮਤਲਬ ਮੈਂ ਧਰਤੀ ਪੰਜਾਬ ਦੀ ਵਾਸੀ ਉੱਜੜ ਗਈ ਇਹੋ ਜਿਹੀਆਂ ਚੀਜ਼ਾਂ ਗਾਈਆਂ, ਜਿਹੜੇ ਬੰਦੇ ਨੇ ਇਹੋ ਚੀਜ਼ਾਂ ਗਾਈਆਂ ਤੇ ਪੰਜਾਬੀ ਜ਼ੁਬਾਨੇ ਰਕਾਨੇ ਮੇਰੇ ਦੇਸ਼ ਦੀ ਫਿੱਕੀ ਪੈ ਗਈ ਜਿਹੜੇ ਵੀ ਲੁਹਾਰ। ਮੈਂ ਸਮਝਦਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਜੇ ਗਲਤੀ ਹੋ ਗਈ ਬੰਦੇ ਨੇ ਮਾਫ਼ੀ ਮੰਗ ਲਈ, ਤੁਹਾਨੂੰ ਵੀ ਤਾਂ ਫਰਾਕ ਨਹੀਂ ਦਿਖਾਉਣੀ ਚਾਹੀਦੀ ਹੈ ਨਾ, ਤੇ ਬੰਦਾ ਅੱਗੋਂ ਮਾਫ਼ੀ ਮੰਗ ਰਿਹਾ, ਇੰਨੇ ਸਾਲਾਂ ਦਾ ਉਹਦਾ ਰਿਕਾਰਡ ਇੱਕ ਪੇਸ਼ ਹੈ ਸਾਡੇ ਕੋਲੇ, ਜਿਹੜੇ ਬੰਦੇ ਨੇ ਇੰਨੇ ਸਾਲਾਂ ਦੇ ਰਿਕਾਰਡ ਦੇ ਵਿੱਚ ਇਹ ਕੰਮ ਕੀਤਾ, ਤੇ ਹੁਣ ਸਾਨੂੰ ਇਹ ਗੱਲਾਂ ਨਹੀਂ ਚੁੱਕਣੀਆਂ ਚਾਹੀਦੀਆਂ, ਸਾਨੂੰ ਹੁਣ ਇਸ ਗੱਲਾਂ ਤੇ ਵੀ ਮੈਨੂੰ ਲੱਗਦਾ ਬਹਿਸਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਅਸੀਂ ਅੱਜ ਸੋਸ਼ਲ ਮੀਡੀਆ ਤੇ ਕੱਲ ਨੂੰ ਕਿਸੇ ਨੂੰ ਗਾਲਾਂ ਕੱਢ ਰਹੇ ਹਾਂ, ਠੀਕ ਹੈ, ਇਹ ਗੱਲਾਂ ਖਤਮ ਕਰਕੇ ਸਾਨੂੰ ਉਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਸਾਡੇ ਕੋਲੇ ਪ੍ਰਾਊਡ ਕਰਨ ਵਾਲਾ ਪੰਜਾਬ ਕੋਲੇ ਕੀ ਹੈ, ਸਾਡੇ ਕੋਲੇ ਕਿਹੜੇ ਆਰਟਿਸਟ ਨੇ, ਸਾਡੇ ਕੋਲੇ ਕਿਹੜੇ ਗਾਉਣ ਵਾਲੇ ਨੇ। ਗੁਰਦਾਸ ਮਾਨ ਸਾਹਿਬ ਤਾਂ ਮਤਲਬ ਦੋ ਤਿੰਨ ਪੀੜ੍ਹੀਆਂ ਦੇ ਗਾਇਕ ਨੇ, ਬਿਲਕੁਲ 40 ਸਾਲ ਚ ਤਾਂ ਕਈ ਪੀੜ੍ਹੀਆਂ ਬਦਲ ਗਈਆਂ, ਜਿਹਨਾਂ ਕੋਲੇ ਕਲਾਕਾਰ ਦਾ ਤਜਰਬਾ, ਜਿਹਨਾਂ ਕੋਲੇ ਉਮਰ ਦਾ ਇੱਕ ਤਜਰਬਾ ਆਪਣਾ। ਪਰ ਰਾਣੀ ਸਾਹਿਬ ਮੈਂ ਥੋੜ੍ਹਾ ਜਿਹਾ ਸਿੱਕੇ ਦਾ ਦੂਜਾ ਪਹਿਲੂ ਜਿਹੜਾ ਹੁੰਦਾ ਉਸਦਾ ਵੀ ਜ਼ਿਕਰ ਕਰਾਂ। ਹੁਣ ਜਿਹੜੇ ਲੋਕ ਡਿਬੇਟ ਦੇਖ ਰਹੇ ਹੋਣੇ, ਉਹਨਾਂ ਨੂੰ ਲੱਗ ਰਿਹਾ ਹੋਣਾ ਕਿ ਪਤਾ ਨਹੀਂ ਇਹ ਗੁਰਦਾਸ ਮਾਨ ਸਾਹਿਬ ਦੇ ਪੱਖ ਦੀ ਡਿਬੇਟ ਕਰ ਰਹੇ ਹਾਂ, ਪਰ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਇੱਕ ਮੈਸੇਜ ਜਾਵੇ। ਇਹ ਗੱਲ ਸਿਰਫ ਮਾਨ ਸਾਹਿਬ ਦੀ ਨਹੀਂ ਹੈ, ਉਹ ਤਾਂ ਬਹੁਤ ਵੱਡੀ ਸ਼ਖਸੀਅਤ ਨੇ, ਪਰ ਗੱਲ ਇਹ ਹੈ ਕਿ ਵਾਕਈ ਹੀ ਸਾਡੀ ਇਹ ਆਦਤ ਬਣ ਚੁੱਕੀ ਹੈ ਜੋ ਪਾਲੀ ਭੁਪਿੰਦਰ ਜੀ ਕਹਿ ਰਹੇ ਨੇ ਕਿ ਬਸ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਕਮੈਂਟਬਾਜ਼ੀ ਸ਼ੁਰੂ ਕਰ ਦੇਣੀ ਹੈ, ਦੇਖਣਾ ਨਹੀਂ ਆਵਾ ਤਾਵਾ, ਔਰ ਇਹ ਵੀ ਨਹੀਂ ਦੇਖਣਾ ਕਿ ਕੌਣ ਸਾਹਮਣੇ ਹੈ ਕੌਣ ਨਹੀਂ ਹੈ, ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਦਾ ਅਕਾਊਂਟ ਕਿਸ ਤਰੀਕੇ ਨਾਲ ਯੂਜ਼ ਕਰਕੇ ਕਿਹੜੀਆਂ ਗਾਲਾਂ ਕੱਢ ਗਿਆ। ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਬਹੁਤ ਕਲੀਅਰ ਹੋਣਾ ਚਾਹੀਦਾ ਕਿ ਜੇ ਅਸੀਂ ਵਿਰੋਧ ਵੀ ਕਰ ਰਹੇ ਹਾਂ ਤਾਂ ਵਿਰੋਧ ਦੀ ਵੀ ਇੱਕ ਸ਼ਕਲ ਹੁੰਦੀ ਹੈ, ਵਿਰੋਧ ਦਾ ਵੀ ਇੱਕ ਕਾਇਦਾ ਹੁੰਦਾ। ਰਾਣੀ ਸਾਹਿਬ ਇੱਕ ਇਹ ਵੀ ਧਾਰਨਾ ਪਿਛਲੇ ਕੁਝ ਟਾਈਮ ਦੇ ਵਿੱਚ ਬਣੀ ਆ, ਖਾਸ ਤੌਰ 'ਤੇ ਮਾਨ ਸਾਹਿਬ ਦੀ ਕੰਟਰੋਵਰਸੀ ਦੇ ਨਾਲ ਜੁੜੀ ਹੋਈ ਬਣੀ, ਕਿ ਇੱਥੇ ਵਿਰੋਧ ਘੱਟ ਹੈ ਬਾਹਰ ਜ਼ਿਆਦਾ, ਕਿ ਇਹ ਵੀ ਹੁੰਦੀ ਹੈ ਗੱਲ? ਹਾਂਜੀ, ਬਹੁਤ ਸਾਰੇ ਅਕਾਊਂਟ ਵੀ ਬਾਹਰੋਂ ਚੱਲਦੇ ਨੇ, ਬਹੁਤ ਸਾਰੀਆਂ ਚੀਜ਼ਾਂ ਬਾਹਰੋਂ ਵੀ ਹੁੰਦੀਆਂ ਨੇ। ਉਹ ਗੱਲ ਤਾਂ ਉਹੀ ਹੈ ਕਿ ਮੈਂ ਕਹਿੰਦਾ ਤੁਹਾਡਾ ਵਿਰੋਧ ਹੈ, ਉਹਦਾ ਤਰੀਕਾ ਹੋਣਾ ਚਾਹੀਦਾ ਵਿਰੋਧ ਦਾ, ਉਹਦੇ ਵਿਰੋਧ ਦੇ ਤਰੀਕਾ, ਜੇ ਤੁਸੀਂ ਕਿਸੇ ਨੂੰ ਗਲਤ ਕਹਿ ਰਹੇ ਹੋ ਤੇ ਤੁਹਾਡੇ ਵਿਰੋਧ ਦਾ ਤਰੀਕਾ ਉਹ ਤੋਂ ਵੀ ਗੰਦਾ, ਤਾਂ ਤੁਸੀਂ ਇਹ ਜਿਹੜੀ ਵੀ ਉਹਨੂੰ ਵਿਰੋਧ ਤੁਸੀਂ ਉਹਦੇ ਨਾਲ ਖਤਰਨਾਕ ਗਾਲਾਂ ਕੱਢ ਰਹੇ ਹੋ, ਉਹ ਇਹੋ ਜਿਹੀਆਂ ਚੀਜ਼ਾਂ ਦਾ ਤੁਸੀਂ ਸਾਹਮਣੇ ਰੱਖ ਰਹੇ ਹੋ, ਪੈਦਾ ਉਹਨਾਂ ਨੇ ਚਟਾਇਆ, ਪੈਦਾ ਉਹਨਾਂ ਨੇ ਮਾਫ਼ੀ ਮੰਗ ਲਈ, ਸਾਰਾ ਕੁਛ ਹੋ ਗਿਆ। ਸੋ ਸਾਨੂੰ ਫਿਰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਕਿ ਅਸੀਂ ਚਾਹੁੰਦੇ ਕੀ ਹਾਂ। ਅਸੀਂ ਜਿਵੇਂ ਕਿਹਾ ਪ੍ਰੋਫੈਸਰ ਨੇ, ਅਸੀਂ ਪੂਰੀ ਦੁਨੀਆ ਦੇ ਵਿੱਚ ਅਸੀਂ ਪੰਜਾਬੀ ਨੂੰ ਬਦਨਾਮ ਕਰਨ ਲੱਗੇ ਲੱਗੇ ਹੋਏ ਹਾਂ, ਤੇ ਇਹ ਗੱਲ ਸਾ ਠੀਕ ਹੈ। ਤੁਸੀਂ ਜਿਹੜੀ ਗੱਲ ਕਹੀ ਹੈ, ਮੈਨੂੰ ਲੱਗਦਾ ਕਿ ਉਮੀਦ ਹੈ ਲੋਕਾਂ ਤੱਕ ਪਹੁੰਚੀ ਇਹ ਗੱਲ। ਮੈਂ ਬਹੁਤ ਬਹੁਤ ਸ਼ੁਕਰੀਆ ਰੌਣੀ ਸਾਹਿਬ, ਮੈਨੂੰ ਲੱਗ ਰਿਹਾ ਕਿ ਤੁਸੀਂ ਥੋੜ੍ਹਾ ਜਿਹਾ
ਤੋਂ ਵੀ ਬਾਹਰ ਰਹੋ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਦੋ ਅਸੀਂ ਆਪਣੇ ਕਾਲਰਸ ਨੂੰ ਵੀ ਅੱਜ ਜੋੜੀਏ, ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜੀਏ, ਤਾਂ ਕਿ ਅਸੀਂ ਉਹਨਾਂ ਦੀ ਵੀ ਰਾਏ ਲੈ ਸਕੀਏ ਕਿ ਲੋਕ ਕੀ ਸੋਚ ਰਹੇ ਨੇ। ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਵੀ ਇਸ ਸਮੇਂ ਸਾਡੇ ਨਾਲ ਨੇ। ਉਮੇਸ਼, ਥੋੜ੍ਹਾ ਜਿਹਾ ਤੁਸੀਂ ਜੇਕਰ ਬਰੀਫ ਕਰ ਸਕੋ ਕਿ ਇਹ ਮਾਫ਼ੀ ਮੰਗਣ ਵਾਲੀ ਨੌਬਤ ਕਿਉਂ ਆ ਗਈ, ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਵੀ ਚਰਚਾ ਕਰ ਰਹੇ ਨੇ ਕਿ ਮਾਫ਼ੀ ਇਸ ਕਰਕੇ ਮੰਗੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਉਹਨਾਂ ਦੇ ਸ਼ੋਅ ਨੇ ਕਿ ਜੇ ਮਾਫ਼ੀ ਨਾ ਮੰਗਦੇ ਤਾਂ ਉੱਥੇ ਜਾ ਕੇ ਸ਼ੋਅ 'ਚ ਫਿਰ ਵਿਰੋਧ ਹੁੰਦਾ, ਤਾਂ ਇਸ ਕਰਕੇ ਪਹਿਲਾਂ ਇਹ ਪੂਰਾ ਜਿਹੜਾ ਮਾਫ਼ੀ ਮੰਗੀ ਗਈ। ਗੌਰਵ, ਮੈਂ ਇੱਕ ਗੱਲ ਇੱਥੇ ਕਲੀਅਰ ਵੀ ਕਰਨਾ ਚਾਹੁੰਦਾ, ਨਾਲੇ ਦੱਸਣਾ ਵੀ ਚਾਹੁੰਦਾ। ਜਦੋਂ ਇੱਕ ਘਟਨਾ ਹੋਈ ਸੀ ਕੈਨੇਡਾ ਵਿੱਚ ਸਪਟੰਬਰ 2019 ਚ ਜੀ, ਉਸ ਤੋਂ ਅਗਲੇ ਦਿਨ ਐਡਮਿੰਟਨ ਸ਼ੋਅ ਸੀਗਾ ਔਰ ਗੁਰਦਾਸ ਮਾਨ ਨੇ ਉੱਥੇ ਮਾਫ਼ੀ ਮੰਗੀ ਸੀ, ਇਹ ਸ਼ਾਇਦ ਲੋਕਾਂ ਨੂੰ ਯਾਦ ਨਹੀਂ ਹੋਣੀ। ਅਗਲੇ ਦਿਨ ਬਿਲਕੁਲ ਨੈਕਸਟ ਡੇ ਗੁਰਦਾਸ ਮਾਨ ਨੇ ਕਿਹਾ ਸੀ ਕਿ ਜੋ ਮੂੰਹੋਂ ਨਿਕਲਿਆ ਗਿਆ ਇਹ ਗਲਤੀ ਸ਼ਲਤੀ ਮਾਫ਼ ਕੀਤੀ ਜਾਵੇ, ਇਹ ਅਗਲੇ ਦਿਨ ਮਾਫ਼ੀ ਮੰਗੀ ਸੀ। ਹੁਣ ਰੋਣੀ ਮਲਕੀਤ ਰੋਣੀ ਜੀ ਦੀ ਗੱਲ ਤੋਂ ਕਿਤੇ ਨਾ ਕਿਤੇ ਸਹਿਮਤ ਹਾਂ ਮੈਂ, ਉਸ ਆਵਾਂਗਾ ਕਿ ਕਿਉਂ ਮੰਗਣੀ ਪਈ ਕਿ ਅਸੀਂ ਚਾਹੁੰਦੇ ਕੀ ਹਾਂ। ਸਭ ਤੋਂ ਵੱਡੀ ਹੁੰਦੇ ਕਿ ਇਨਸਾਨ ਮਾਫ਼ੀ ਮੰਗ ਲਏ। ਇੱਕ ਮੈਂ ਹੋਰ ਜ਼ਿਕਰ ਕਰਾਂਗਾ ਪੰਜਾਬ ਹਰਿਆਣਾ ਹਾਈਕੋਰਟ ਦੇ ਕੇਸ ਵਿੱਚ, ਜਿੱਥੇ ਨਕੋਦਰ ਵਿੱਚ ਗੁਰਦਾਸ ਮਾਨ ਸਾਹਿਬ ਨੇ ਗੁਰੂ ਮਹਾਰਾਜ ਨਾਲ ਲਾਡੀ ਸ਼ਾਹ ਤੇ ਉਹਨਾਂ ਨਾਲ ਕੰਪੈਰੀਜ਼ਨ ਕੀਤਾ ਸੀ ਪੂਰਵਜ ਵਾਲਾ, ਤੁਹਾਨੂੰ ਪਤਾ ਹੋਣਾ, ਤੇ ਉਹ ਜਦੋਂ ਹਾਈਕੋਰਟ ਵਿੱਚ ਕੇਸ ਆਇਆ ਤਾਂ ਹਾਈਕੋਰਟ ਨੇ ਗੁਰਦਾਸ ਮਾਨ ਦੇ ਫੇਵਰ ਚ ਇਹ ਕਿਹਾ ਔਰ ਖਾਰਿਜ ਕਰਤਾ ਸੀ ਕਿ ਧਾਰਮਿਕ ਭਾਵਨਾ 295 ਬਣਦੀ ਨੀ, ਕਿਵੇਂ ਬਣਦੀ ਹੈ, ਨਾ ਤਾਂ ਉਹਨਾਂ ਕਿਸੇ ਦੀ ਬੇਇੱਜ਼ਤੀ ਕੀਤੀ ਨਾ ਮਾੜੇ ਸ਼ਬਦ ਕਹੇ, ਉੱਥੋਂ ਵੀ ਰਾਹਤ ਮਿਲੀ। ਹੁਣ ਗੱਲ ਹੈ ਕਿ ਮਾਫ਼ੀ ਮੰਗਣ ਦੀ ਨੌਬਤ, ਜਿਹੜਾ ਤੁਸੀਂ ਸਵਾਲ ਕੀਤਾ, ਗੁਰਦਾਸ ਮਾਨ ਦਾ ਅੱਖੀਆਂ ਉਡੀਕਦੀਆਂ ਟੂਰ USA ਹੈ, ਸਾਰੀ ਟਿਕਟਾਂ ਸਾਰੇ ਸ਼ੋਅ ਦੀ ਪਹਿਲਾਂ ਹੀ ਵਿਕ ਚੁੱਕੀਆਂ ਨੇ, ਉੱਥੇ ਪੋਸਟਰ ਲੋਕਾਂ ਨੇ ਇੰਤਜ਼ਾਰ ਹੈ। ਗੱਲ ਇਹ ਹੈ ਕਿ ਜਦੋਂ ਮੈਂ ਅੱਜ ਤੋਂ 10-15 ਦਿਨ ਪਹਿਲਾਂ ਘਰਾਂ ਬੈਠਿਆ ਸੀ ਉਹਨਾਂ ਦੇ, ਮੈਂ ਵੀ ਜਦੋਂ ਗੱਲ ਆਉਂਦੀ ਸੀ ਉਹਨਾਂ ਦੇ ਦਿਲ 'ਚ ਕਿੱਥੇ ਨਾ ਕਿੱਥੇ ਇਹ ਦਰਦ ਸੀ, ਔਰ ਜਦੋਂ ਇੱਕ ਗਾਣਾ ਕੱਢਿਆ ਸੁਣੋ ਪੰਜਾਬੀ ਦੋਸਤੋ, ਉਹਦੀ ਪਹਿਲੀ ਲਾਈਨ ਸੀਗੀ ਕਿ ਬਿਨਾਂ ਸੋਚ ਵਿਚਾਰੇ ਕੱਢ ਲਈ ਲਫ਼ਜ਼ਾਂ ਦੀ ਕਟਾਰ, ਮੇਰੇ ਤੋਂ 2 ਮਿੰਟਾਂ ਵਿੱਚ ਖੋਲਿਆ ਪੰਜਾਬੀ ਮਾਂ ਬੋਲੀ ਦਾ ਸਤਿਕਾਰ, ਇਹ ਲਾਈਨ ਪਹਿਲੀ ਗਾਣੇ ਪਹਿਲੀ ਲਾਈਨ ਸੀ। ਜਿਸ ਤਰੀਕੇ ਨਾਲ ਉਸਦੇ ਵਿੱਚ ਕਰੈਕਟਰਸ ਦਿਖਾਏ ਗਏ, ਉੱਥੇ ਵੀ ਇੱਕ ਪ੍ਰੋਬਲਮ ਹੋ ਗਈ, ਉਹ ਵੀ ਇੱਕ ਕੰਟਰੋਵਰਸੀ ਖੜੀ ਹੋ ਗਈ ਸੀ। ਗੱਲ ਉਹੀ ਹੋ ਰਹੀ ਹੈ ਕਿ ਮਾਫ਼ੀ ਕਿਉਂ ਮੰਗਣੀ ਪਈ, ਉੱਥੇ ਵੀ ਮਾਫ਼ੀ ਮੰਗੀ ਗਈ ਸੀ, ਲਗਾਤਾਰ ਮਾਫ਼ੀ ਮੰਗੀ ਗਈ, ਅੱਖੀਆਂ ਉਡੀਕਦੀ, ਟੂਰ ਜਿਹੜਾ ਹੈਗਾ ਉਹਨਾਂ ਦਾ ਅੱਗੇ ਹੈਗਾ ਹੈ। ਮੈਂ ਕੋਸ਼ਿਸ਼ ਕਰਦਾ ਕਿ ਥੋੜ੍ਹੇ ਲੋਕਾਂ ਤੋਂ ਵੀ ਜਾਣ ਸਕੀਏ ਕਿ ਉਹਨਾਂ ਦੀ ਰਾਏ ਕੀ ਹੈ। ਇੱਕ ਕਾਲਰ ਨੇ ਸਾਡੇ ਨਾਲ ਫਰੀਦਕੋਟ ਤੋਂ, ਤੁਸੀਂ ਆਪਣਾ ਨਾਮ ਦੱਸ ਦਿਓ। ਹੈਲੋ, ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ ਤੁਸੀਂ। ਦੱਸ ਦਿਓ ਸਰ, ਮੈਂ ਗੁਰਪਾਲ ਸਿੰਘ ਬੋਲ ਰਿਹਾ ਫਰੀਦਕੋਟ ਤੋਂ। ਠੀਕ ਹੈ ਗੁਰਪਾਲ ਜੀ, ਬਹੁਤ ਬਹੁਤ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਤੁਸੀਂ? ਸਰ, ਮੈਂ ਇਹ ਕਹਿਣਾ ਚਾਹੁੰਦਾ, ਜਿੰਨਾ ਗੁਰਦਾਸ ਮਾਨ ਸਾਹਿਬ ਨੇ ਪੰਜਾਬ ਵਾਸਤੇ ਕੀਤਾ, ਜਿਹੜੇ ਲੋਕ ਬੋਲ ਰਹੇ ਆ ਵੀ ਗੁਰਦਾਸ ਮਾਨ ਸਾਹਿਬ ਨੇ ਇਹ ਕੀਤਾ, ਵੀ ਮੰਨ ਕੇ ਚੱਲੋ ਜੇ ਆਪਾਂ ਗੁਰਦਾਸ ਮਾਨ ਸਾਹਿਬ ਦੀ ਮਾਤਾ ਨੂੰ ਕੋਈ ਗਲਤ ਬੋਲਾਂਗੇ, ਗਦਾਰ ਬੋਲਾਂਗੇ, ਉਹ ਅੱਗੋਂ ਕੀ ਜਵਾਬ ਦੇਣਗੇ ਆਪਾਂ ਨੂੰ? ਜਿਹੜੇ ਲੋਕ ਕਹਿ ਰਹੇ ਵੀ ਇਹਨਾਂ ਨੇ ਪੰਜਾਬੀ ਕੀ ਕੀਤਾ, ਉਹਨਾਂ ਦੇ ਬੱਚੇ ਤਾਂ ਹਿੰਦੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ। ਠੀਕ ਹੈ, ਹਾਂਜੀ, ਪੰਜਾਬੀ ਆਪਣਾ ਆਈਲੈਟਸ ਕਰਾ ਕੇ ਆਪਾਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਹਾਂ ਉਹਨਾਂ ਨੂੰ, ਉਹ ਇੰਨੇ ਪੰਜਾਬੀ ਵਾਸਤੇ ਜੇ ਹੁਣ ਤਾਂ ਫਿਰ ਇੱਥੇ ਆਪਣੇ ਬੱਚਿਆਂ ਨੂੰ ਕਿਉਂ ਨੀ ਨੌਕਰੀ ਦਵਾ ਰਹੇ? ਠੀਕ ਹੈ, ਉਹ ਗੁਰਦਾਸ ਮਾਨ ਨੂੰ ਗਦਾਰ ਕਹਿ ਰਹੇ ਆ, ਫਰਕ ਤਾਂ ਹੁੰਦਾ ਹੈ ਜੋ ਲਗਾਤਾਰ ਇੱਕ ਗੱਲ ਹੁੰਦੀ ਰਹੀ ਹੈ ਕਿ ਇੱਕ ਆਮ ਸ਼ਖਸ
ਇੱਕ ਆਮ ਸ਼ਖਸ ਦੇ ਨਾਲ, ਦੇਖੋ ਆਮ ਕੋਈ ਨਹੀਂ ਹੁੰਦਾ, ਖਾਸ ਸਾਰੇ ਹੁੰਦੇ ਨੇ, ਪਰ ਗੱਲ ਇਹ ਹੈ ਕਿ ਕਿਸੇ ਨੋਰਮਲ ਪਲੈਟਫਾਰਮ ਦੇ ਉੱਤੇ ਤੁਸੀਂ ਦੋ ਲੋਕ ਲੜ ਪਏ ਆਪਸ ਦੇ ਵਿੱਚ, ਗਲਾਂ ਕੱਢਤੀਆਂ ਇੱਕ ਦੂਜੇ ਨੂੰ, ਇੱਕ ਉਹ ਸਿਨੈਰੀਓ ਹੁੰਦਾ, ਅਤੇ ਇੱਕ ਹੁੰਦੀ ਹੈ ਵੱਡੀ ਸਟੇਜ ਜਿੱਥੇ ਹਜ਼ਾਰਾਂ ਲੋਕ ਤੁਹਾਨੂੰ ਸੁਣ ਰਹੇ ਨੇ, ਅਤੇ ਸੋਸ਼ਲ ਮੀਡੀਆ ਜਾਂ ਯੂਟਿਊਬ ਦੇ ਜ਼ਰੀਏ ਲੱਖਾਂ ਕਰੋੜਾਂ ਲੋਕ ਤੁਹਾਨੂੰ ਅੱਗੇ ਸੁਣਨਗੇ, ਤਾਂ ਉੱਥੇ ਗੱਲ ਬੋਲੀ ਹੋਈ ਬਹੁਤ ਵੱਡੀ ਹੋ ਜਾਂਦੀ ਹੈ, ਇਸ ਕਰਕੇ ਵੀ ਸ਼ਾਇਦ ਕੰਟਰੋਵਰਸੀ ਵੱਡੀ ਹੋ ਗਈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਮੈਂ ਪੰਡਿਤ ਧਰੇਂਦਰ ਰਾਓ ਜੀ ਦਾ ਇੱਕ ਵਾਰ ਰੁਖ ਕਰ ਲਵਾਂ। ਰਾਓ ਸਾਹਿਬ, ਆਪਕੋ ਅਭੀ ਵੀ ਲੱਗਤਾ ਹੈ ਕਿ ਮਾਫ਼ੀ ਮੰਗਣੀ ਚਾਹੀਏ ਜਾਂ ਅਭੀ ਕੰਮ ਹੋ ਗਿਆ, ਬਸ ਬਹੁਤ ਹੋ ਗਈ ਮਾਫ਼ੀ, ਹੁਣ ਪਿੱਛੇ ਛੱਡ ਕੇ ਗੱਲਾਂ ਸਾਰੀਆਂ ਜਿਹੜੇ ਪੰਜਾਬੀ ਨੇ ਅੱਗੇ ਵਧਣ ਜੀ? ਬਿਲਕੁਲ, ਮੈਨੂੰ ਲੱਗਦਾ ਹੈ ਸਾਰੇ ਸਭ ਕੁਝ ਛੱਡ ਕੇ ਅੱਗੇ ਵਧਣ ਦੀ ਲੋੜ ਹੈ। ਗੁਰਦਾਸ ਮਾਨ ਸਾਹਿਬ ਨੂੰ ਪਦਮ ਸ਼੍ਰੀ ਵਰਗੇ ਅਵਾਰਡ ਵੀ ਮਿਲਣਾ ਚਾਹੀਦਾ, ਕਿਉਂਕਿ ਉਹਨਾਂ ਦਾ ਯੋਗਦਾਨ ਬਹੁਤ ਵੱਡੀ ਯੋਗਦਾਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤੁਹਾਨੂੰ ਇਤਰਾਜ਼ ਨਹੀਂ ਸੀ ਕਿ ਮਾਫੀ ਮੰਗ ਚੁੱਕੇ ਨੇ? ਤੁਹਾਨੂੰ ਇਤਰਾਜ਼ ਨਹੀਂ ਸੀ ਜਦੋਂ ਮਾਂ ਤੇ ਮਾਸੀ ਵਾਲਾ ਪੰਜਾਬੀ ਮਾਂ ਬੋਲੀ ਤੇ ਮਾਸੀ ਹਿੰਦੀ ਨੂੰ ਕਹਿ ਦਿੱਤਾ, ਤੁਹਾਨੂੰ ਕੋਈ ਇਤਰਾਜ਼ ਸੀ ਜਾਂ ਨਹੀਂ? ਬਹੁਤ ਬਹੁਤ ਇਤਰਾਜ਼ ਸੀਗਾ ਉਸ ਵਕਤ। ਮੈਂ ਖੁਦ ਕਿਹਾ ਸੀ ਟੀਵੀ ਤੇ ਕਿ ਗੁਰਦਾਸ ਮਾਨ ਸਾਹਿਬ ਨੇ ਅਜਿਹੇ ਸਟੇਟਮੈਂਟ ਦੇ ਕੇ ਪੰਜਾਬੀ ਭਾਸ਼ਾ ਦੀ ਤੁਲਨਾ ਕਿਸੇ ਨਾਲ ਕਰਕੇ ਗਲਤ ਕੀਤੇ ਨੇ। ਮੈਨੂੰ ਲੱਗਦਾ ਹੈ ਭਾਸ਼ਾ ਦੀ ਆਪਣੀ ਹੋਂਦ ਹੁੰਦੀ ਹੈ ਅਤੇ ਆਪਣੀ ਹੀ ਤਾਕਤ, ਵੱਖਰੀ ਪਹਿਚਾਣ ਹੁੰਦੀ ਹੈ, ਇਸ ਲਈ ਕਿਸੇ ਨੂੰ ਮਾਸੀ ਜਾਂ ਮਾਂ ਨੂੰ ਤੁਲਨਾ ਕਰਨਾ ਨਹੀਂ ਚਾਹੀਦਾ। ਉਹ ਸਾਰੇ ਗੱਲ ਛੱਡ ਕੇ ਮੈਂ ਤਾਂ ਇੱਕੋ ਇੱਕ ਬੇਨਤੀ ਕਰਦਾ ਹੈ ਕਿ ਗੁਰਦਾਸ ਮਾਨ ਸਾਹਿਬ ਨੂੰ ਸਨਮਾਨ ਕਰਨ ਦੀ ਲੋੜ ਹੈ, ਉਹਨਾਂ ਦਾ ਸ਼ੋਅ ਦੀ ਵਿਰੋਧ ਕਰਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਸਵਾਗਤ ਕਰਨ ਦੀ ਲੋੜ ਹੈ, ਕਿਉਂਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਮਾਫ਼ੀ ਮੰਗਣ ਦੀ ਤਾਕਤ ਹੈ, ਸ਼ਕਤੀ ਹੈ, ਉਹ ਸਖ਼ਸ ਇੱਕ ਦਿਨ ਜ਼ਰੂਰ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਤਾਕਤ ਰੱਖਦਾ ਹੈ, ਰੱਖਣਗੇ, ਉਹ ਜ਼ਰੂਰ ਕਰਨਗੇ। ਇੱਕੋ ਇੱਕ ਦੇਖੋ ਮਹਾਰਾਜ, ਗੁਰੂ ਮਹਾਰਾਜ ਕਹਿੰਦੇ ਨੇ, ਬਾਬਾ ਨਾਨਕ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਸ ਦੁਨੀਆਂ ਦੇ ਵਿੱਚ ਸਭ ਕੁਛ ਅਸਤ ਹੈ ਮਹਾਰਾਜ, ਸਾਰੇ ਅਸੀਂ ਮਰ ਜਾਣ ਵਾਲੇ ਹੈ, ਮਿਟ ਜਾਣੇ ਵਾਲੇ, ਸੱਤ ਹੈ ਤਾਂ ਇੱਕੋ ਇੱਕ ਪਰਮਾਤਮਾ ਨਾਲ ਜੁੜਨ ਵਾਲਾ ਭਾਸ਼ਾ ਅਤੇ ਗੁਰੂ ਗ੍ਰੰਥ ਸਾਹਿਬ, ਗ੍ਰੰਥ ਭਾਵੇਂ ਕੋਈ ਵੀ ਧਰਮ ਦੀ ਗ੍ਰੰਥ ਹੋਵੇ, ਵਹੀ ਸੱਤ ਹੈ, ਉਸ ਗ੍ਰੰਥ ਨਾਲ ਜੋੜਨ ਦੀ ਲੋੜ ਹੈ ਲੋਕਾਂ ਨੂੰ। ਮੈਨੂੰ ਲੱਗਦਾ ਹੈ ਗੁਰਦਾਸ ਮਾਨ ਸਾਹਿਬ ਇਹ ਪੁੰਨ ਕਾਰਜ ਜ਼ਰੂਰ ਕਰਨਗੇ, ਮੈਨੂੰ ਪੂਰਾ ਆਸ ਤੋਂ ਉਮੀਦ ਹੈ। ਤੁਸੀਂ ਉਸ ਟਾਈਮ ਇਤਰਾਜ਼ ਜਤਾਇਆ ਸੀ, ਦੇਖੋ ਉਸਦਾ ਵੀ ਇੱਕ ਅਸਰ ਤਾਂ ਹੋਏਗਾ ਨਾ, ਤੁਹਾਨੂੰ ਸੁਣ ਕੇ ਵੀ ਹੋ ਸਕਦਾ ਦੋ ਚਾਰ ਲੋਕ ਉਹਨਾਂ ਦੇ ਖਿਲਾਫ਼ ਹੋ ਗਏ ਹੋਣ। ਨਹੀਂ, ਖਿਲਾਫ਼ ਤਾਂ ਉਸ ਵਕਤ ਬਹੁਤ ਲੋਕ ਸਨ, ਹੁਣ ਮੈਨੂੰ ਲੱਗਦਾ ਹੈ ਖਿਲਾਫ਼ ਹੋਣ ਦੀ ਲੋੜ ਨਹੀਂ ਹੈ, ਹੁਣ ਤਾਂ ਇੱਕੋ ਇੱਕ ਹੈ ਗੁਰਦਾਸ ਮਾਨ ਸਾਹਿਬ ਨੂੰ ਇੱਕ ਮਜ਼ਬੂਤ ਸ਼ਖਸੀਅਤ ਬਣਾ ਕੇ ਉਹਨਾਂ ਨੂੰ ਬੇਨਤੀ ਕਰਕੇ ਲੋਕਾਂ ਨੂੰ ਗ੍ਰੰਥ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ, ਉਤਸ਼ਾਹਿਤ ਕਰਨ ਦੀ ਲੋੜ ਹੈ ਮਹਾਰਾਜ, ਪੂਰਾ ਪੰਜਾਬ ਦੇ ਵਿੱਚ ਲੋਕ ਵੰਡ ਚੁੱਕੇ ਨੇ, ਇੱਕ ਪਰਮਾਤਮਾ ਨਾਲ ਜੁੜਨ ਦੀ ਲੋੜ ਹੈ, ਉਹ ਤਾਕਤ ਉਹਨਾਂ ਕੋਲ ਹੈਗਾ, ਬਿਲਕੁਲ ਉਹਨਾਂ ਕੋਲ ਹੈਗਾ, ਉਹ ਕਰ ਸਕਦੇ ਨੇ। ਉਹਨਾਂ ਨੇ ਦਸਮ ਪਿਤਾ ਬਾਰੇ ਜਿਸ ਤਰੀਕੇ ਨਾਲ ਆਪਣੇ ਸ਼ਬਦਾਂ ਦੇ ਜ਼ਰੀਏ ਲੋਕਾਂ ਤੱਕ, ਸੰਗਤ ਤੱਕ ਗੱਲ ਪਹੁੰਚਾਈ, ਉਹ ਵਾਕਈ ਇੱਕ ਵੱਖਰੇ ਤਰੀਕੇ ਨਾਲ ਸੀ, ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਹੁਣ ਵੀ ਉਹ ਸ਼ਬਦ ਜ਼ਰੂਰ ਹੁੰਦਾ ਹੈ। ਭਾਲੀ ਪਰਮਿੰਦਰ ਜੀ, ਮੈਂ ਇੱਕ ਤੁਹਾਡੇ ਤੋਂ ਆਖਰੀ ਸਵਾਲ ਜ਼ਰੂਰ ਲੈਣਾ ਚਾਹਾਂਗਾ, ਇੱਕ ਦੋ ਕਾਲਰ ਵੀ ਸਾਡੇ ਨਾਲ ਜੁੜੇ ਨੇ, ਮੈਂ ਫਿਰ ਉਹਨਾਂ ਦਾ ਰੁਖ ਕਰਾਂਗਾ। ਇਹ ਜਿਹੜਾ ਮਾਂ ਅਤੇ ਮਾਸੀ ਵਾਲੀ ਸਟੇਟਮੈਂਟ ਸੀ ਕਿ ਵਾਕਈ ਹੀ ਇਸ ਤਰੀਕੇ ਦੀ ਕੰਟਰੋਵਰਸ਼ੀਅਲ ਸੀ, ਇਹ ਪੰਜਾਬੀ ਕਿਆ ਓਵਰ ਸੈਂਟੀ ਹੋ ਜਾਂਦੇ ਨੇ ਪੰਜਾਬੀ ਨੂੰ ਲੈ ਕੇ ਕਿ ਸਾਨੂੰ, ਮੈਂ ਹਿੰਦੀ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਕਿਸੇ ਹੋਰ ਲੈਂਗੁਏਜ ਨੂੰ ਲੈ ਕੇ ਅਸੀਂ ਬਹੁਤ ਅਨਕੰਫਰਟੇਬਲ ਹੋ ਜਾਂਦੇ ਹਾਂ, ਜਾਂ ਸਾਨੂੰ ਐਂ ਲੱਗਦਾ ਕਿ ਪਤਾ ਨਹੀਂ ਕਿਉਂ ਇੱਕ ਤਰੀਕੇ ਨਾਲ ਜਿਵੇਂ ਐਲਰਜੀ ਹੋ ਜਾਂਦੀ ਹੈ, ਨਹੀਂ ਨਹੀਂ ਇਹ ਨਾਮ ਨਾ ਲਵੋ, ਅਸੀਂ ਸਿਰਫ ਪੰਜਾਬੀ 'ਤੇ ਫੋਕਸ ਕਰੀਏ। ਨਹੀਂ 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 ਨਹੀਂ, ਇਹ ਤਾਂ ਸਾਡੀ ਬੇਵਕੂਫੀ ਹੋਊਗੀ ਕਿ ਅਸੀਂ ਕਹੋ ਸਿਰਫ ਪੰਜਾਬੀ ਪੜ੍ਹਨੀ ਹੈ, ਹੋਰ ਕਿਸੇ ਭਾਸ਼ਾ ਵੱਲ ਮੂੰਹ ਨਹੀਂ ਕਰਨਾ।
ਤੁਹਾਨੂੰ ਘੱਟੋ ਘੱਟ 10-12 ਭਾਸ਼ਾਵਾਂ ਆਉਣੀਆਂ ਚਾਹੀਦੀਆਂ ਨੇ। 4 ਭਾਸ਼ਾਵਾਂ ਤੋਂ ਘੱਟ ਤਾਂ ਅਸੀਂ ਕਿਸੇ ਨੂੰ ਮੰਨ ਹੀ ਨਹੀਂ ਸਕਦੇ ਕਿ ਬੰਦੇ ਦਾ ਕੰਮ ਚੱਲਦਾ, ਠੀਕ ਹੈ। ਮੈਂ ਕਹਿੰਦਾ ਪੰਜਾਬੀ ਸਾਡੀ ਮਾਂ ਬੋਲੀ ਹੈ, ਅਸੀਂ ਇਹਦੇ ਲਈ ਜਾਨ ਦੇਵਾਂਗੇ, ਅਸੀਂ ਇਸ ਨੂੰ ਪਿਆਰ ਕਰਾਂਗੇ, ਜੋ ਕਰ ਸਕਦੇ ਹੋਏ ਇਹਦੇ ਲਈ ਕਰਾਂਗੇ। ਲੇਕਿਨ ਪੰਜਾਬੀ ਨੂੰ ਪਿਆਰ ਕਰਨ ਦੇ ਲਈ ਸਾਨੂੰ ਹਿੰਦੀ ਨੂੰ ਜਾਂ ਹੋਰ ਕਿਸੇ ਭਾਸ਼ਾ ਨੂੰ ਨਫ਼ਰਤ ਕਰਨ ਦੀ ਲੋੜ ਕਿੱਥੇ ਪੈਂਦੀ ਹੈ? ਨਹੀਂ, ਇਹ ਨਫ਼ਰਤ, ਤੁਸੀਂ ਇਸ ਨੂੰ ਨਫ਼ਰਤ ਦੇਖਦੇ ਹੋ ਕਿ ਜੇ ਮਾਸੀ ਕਹਿ ਦਿੱਤੀ ਹਿੰਦੀ ਨੂੰ ਤਾਂ ਕੀ ਬਾਕੀ ਕੋਈ ਇੰਨੀ ਵੱਡੀ ਗੱਲ ਸੀ ਜੋ ਨਹੀਂ ਕਹਿਣੀ ਚਾਹੀਦੀ ਸੀ? ਨਾ ਨਾ, ਬਿਲਕੁਲ ਕੋਈ ਵੱਡੀ ਗੱਲ ਨਹੀਂ। ਠੀਕ ਹੈ, ਦੇਸ਼ ਦੀਆਂ 24 ਭਾਸ਼ਾਵਾਂ ਹੋਰ ਨੇ, 25 ਸਾਡੀ ਭਾਸ਼ਾ, ਸਾਰੀਆਂ ਰਾਸ਼ਟਰੀ ਭਾਸ਼ਾਵਾਂ ਨੇ, ਪੰਜਾਬੀ ਸਾਡੀ ਮਾਂ ਬੋਲੀ ਹੈ, 24 ਸਾਡੀਆਂ ਹੋਰ ਮਾਸੀਆਂ ਨੇ, ਇਹਦੇ ਵਿੱਚ ਕੀ ਪ੍ਰੋਬਲਮ ਹੈ? ਬਿਲਕੁਲ ਗਲਤ ਸਟੇਟਮੈਂਟ ਨਹੀਂ। ਉਹ ਸਮਾਂ ਗਲਤ ਹੋ ਗਿਆ ਕਿਉਂਕਿ 2-4 ਦਿਨ ਪਹਿਲਾਂ ਹੀ ਅਮਿਤ ਸ਼ਾਹ ਦੇਸ਼ ਵਿੱਚ ਕਹਿ ਕੇ ਹਟੇ ਸੀ ਕਿ ਅਸੀਂ ਇੱਕ ਬੋਲੀ, ਇੱਕ ਰਾਸ਼ਟਰ ਇੱਕ ਬੋਲੀ ਲਾਗੂ ਕਰਨ ਜਾ ਰਹੇ ਹਾਂ। ਉਸ ਮੌਕੇ ਕੁਦਰਤੀ ਇਹ ਬਿਆਨ ਆਇਆ, ਉਹ ਦੋਨੋਂ ਨਾ ਅਨਫਾਰਚੂਨੇਟਲੀ ਜੁੜ ਗਏ, ਤਾਂ ਕੰਟਰੋਵਰਸੀ ਵੱਡੀ ਹੋ ਗਈ। ਵਰਨਾ ਆਮ ਅਸੀਂ ਕਲਾਸਾਂ 'ਚ ਆਮ ਕਹਿੰਦੇ ਹਾਂ ਕਿ ਤੁਸੀਂ ਪੰਜਾਬੀ ਜ਼ਰੂਰ ਪੜ੍ਹੋ, ਤੁਹਾਡੀ ਮਾਂ ਬੋਲੀ ਹੈ, ਕਦਰ ਕਰੋ, ਪਿਆਰ ਕਰੋ, ਲੇਕਿਨ ਤੁਸੀਂ ਨਾਲ ਦੂਜੀਆਂ ਭਾਸ਼ਾਵਾਂ ਦਾ ਲਿਟਰੇਚਰ ਪੜ੍ਹੋ, ਸਿੱਖੋ, ਤੁਸੀਂ ਅਰਬੀ ਫਾਰਸੀ ਸਿੱਖੋ, ਉਰਦੂ ਸਿੱਖੋ, ਤੁਸੀਂ ਹਿੰਦੀ ਸਿੱਖੋ, ਮਰਾਠੀ, ਜੋ ਕੁਛ ਹੋ ਸਕਦਾ ਸਿੱਖੋ। ਸੁਣੋ, ਅਸੀਂ 15 ਕਰੋੜ ਲੋਕ ਆ ਪੰਜਾਬੀ ਦੇ ਵਿੱਚ, ਕਿੰਨੇ ਲੋਕ ਸਾਡੇ ਕਿਤਾਬਾਂ ਪੜ੍ਹਦੇ ਆ? 1 ਲੱਖ ਲੋਕ ਬੰਦਾ ਵੀ ਕਿਤਾਬਾਂ ਨਹੀਂ ਪੜ੍ਹਦਾ ਹੋਣਾ, ਮੇਰਾ ਗੁਜ਼ਾਰਾ ਨਹੀਂ ਚੱਲਦਾ ਇਕੱਲੇ ਪੰਜਾਬੀ 'ਚ ਛਪ ਕੇ। ਮੈਂ ਸਾਰੀ ਦੁਨੀਆਂ 'ਚ ਪਹੁੰਚਣਾ, ਮੈਨੂੰ ਦੂਜੀਆਂ ਭਾਸ਼ਾਵਾਂ 'ਚ ਟ੍ਰਾਂਸਲੇਟ ਹੋਣਾ ਪਊਗਾ। ਰੂਸ ਦੇ ਵਿੱਚ ਇੱਕ ਛੋਟਾ ਜਿਹਾ ਇਲਾਕਾ ਹੈ ਮੇਰਾ ਦਾਗਿਸਤਾਨ, ਉੱਥੇ ਇੱਕ ਰਸੂਲ ਹਮਜ਼ਾ ਤੋਬ ਦੇ ਬੰਦੇ ਦੇ ਨਾਮ ਨੇ ਕਿਤਾਬ ਲਿਖੀ ਸੀ, ਮੇਰਾ ਦਾਗਿਸਤਾਨ, ਬਿਲਕੁਲ ਪੰਜਾਬ ਤੋਂ ਵੀ ਛੋਟਾ ਇਲਾਕਾ ਹੈ। ਗੌਰਵ ਜੀ, ਤੁਹਾਨੂੰ ਪਤਾ ਕਿ ਉਹ ਕਿਤਾਬ ਦੁਨੀਆਂ ਦੀ ਹਰ ਭਾਸ਼ਾ ਵਿੱਚ ਟ੍ਰਾਂਸਲੇਟ ਹੋ ਚੁੱਕੀ ਹੈ? ਇੱਕ ਰਾਈਟਰ ਦੀ ਇਹ ਖੁਆਇਸ਼ ਹੁੰਦੀ ਹੈ ਕਿ ਯਾਰ ਮੈਂ ਇੱਕ ਭਾਸ਼ਾ 'ਚ ਛਪਿਆ ਤਾਂ ਮੈਨੂੰ ਸਾਰੀ ਦੁਨੀਆਂ ਜਾਣੇ, ਜੋ ਹੋਰ ਭਾਸ਼ਾਵਾਂ 'ਚ ਜਾਂਦਾ ਤਾਂ ਸਾਨੂੰ, ਅਸੀਂ ਪੜ੍ਹਦੇ ਵੀ ਤਾਂ ਹੀ ਹੋ। ਮੈਂ ਸਾਰੀ ਦੁਨੀਆਂ, ਮੈਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਮੈਂ ਹਿੰਦੀ ਵਿੱਚ ਹੀ ਦੂਜੀਆਂ ਭਾਸ਼ਾਵਾਂ ਦਾ ਲਿਟਰੇਚਰ ਪੜ੍ਹਿਆ ਨਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਆਪਣੇ ਵਿਦਵਾਨਾਂ ਨੂੰ ਸੰਸਕ੍ਰਿਤ ਸਿੱਖਣ ਲਈ ਭੇਜਿਆ। ਕਿਉਂ ਭੇਜਿਆ ਉਹਨਾਂ ਨੇ? ਸਿਰਫ ਇਸ ਕਰਕੇ ਕਿਉਂਕਿ ਸੰਸਕ੍ਰਿਤ ਦੇ ਵਿੱਚ ਗ੍ਰੰਥ ਨੇ, ਤੁਸੀਂ ਪੜ੍ਹੋ ਤੇ ਉਹਨਾਂ ਨੂੰ ਮਤਲਬ ਕਿ ਸਿੱਖੋ। ਤੁਹਾਨੂੰ ਗਿਆਨ ਕਿਤੋਂ ਵੀ ਮਿਲਦਾ ਹੋਵੇ, ਭਾਸ਼ਾ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਬਾਬਾ ਨਾਨਕ ਨੇ ਬਾਬਾ ਫਰੀਦ ਦੀ ਬਾਣੀ ਲੈ ਕੇ ਆਉਂਦੀ, ਉਹਨਾਂ ਨੇ ਘੁੰਮ ਫਿਰ ਕੇ ਕਿੰਨੇ ਭੱਟਾਂ ਦੀ, ਕਿੰਨੇ ਭਗਤਾਂ ਦੀ ਬਾਣੀ ਲੈ ਕੇ ਆਉਂਦੀ ਤੇ ਗੁਰੂ ਗ੍ਰੰਥ ਸਾਹਿਬ ਬਣਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਗੁਰੂ ਤਾਂ 6 ਨੇ, ਬਾਕੀ 12 ਤਾਂ ਹੋਰ ਮਤਲਬ ਕਿ ਜਿਹੜੇ ਅਕੀਦਿਆਂ ਦੇ ਲੋਕ ਨੇ, ਉਹਨਾਂ ਸਾਰਿਆਂ ਦੀ ਬਾਣੀ ਦਾ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਰਕੇ ਹੀ ਉਹਨਾਂ ਨੇ ਮਤਲਬ ਕਿ ਗੁਰਮੁਖੀ 'ਚ ਢਾਲ ਕੇ, ਪੰਜਾਬੀ 'ਚ ਢਾਲ ਕੇ, ਸਟੈਂਡਰਡਾਈਜੇਸ਼ਨ ਕਰਕੇ ਉਹਨਾਂ ਨੇ ਉਸ ਨੂੰ ਮਹਾਨ ਗ੍ਰੰਥ ਬਣਾਇਆ। ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੇ ਐਡੀ ਮਹਾਨ ਸਾਡੇ ਕੋਲ ਇੱਕ ਰਚਨਾ ਹੈ ਨਾ, ਉਹ ਇਸੇ ਕਰਕੇ ਹੀ ਹੈ ਕਿਉਂਕਿ ਬਾਬਾ ਨਾਨਕ ਲਿਬਰਲ ਸੀ, ਕਿ ਉਹ ਵੀ ਕੱਟੜ ਹੋ ਜਾਂਦੇ ਕਿ ਨਹੀਂ ਮੈਂ ਤਾਂ ਕਿਸੇ ਹੋਰ ਭਾਸ਼ਾ ਦੇ ਬੰਦੇ ਨੂੰ ਨੇੜੇ ਲੱਗਣ ਨਹੀਂ ਦੇਣਾ, ਤੇ ਗੱਲ ਬਣਨੀ ਸੀ ਕਿਤੇ। ਠੀਕ ਹੈ, ਸੋ ਸਾਨੂੰ ਬਹੁਤ ਲਿਬਰਲ। ਚਲੋ ਮੈਂ ਇੱਕ ਛੋਟਾ ਜਿਹਾ ਕਮੈਂਟ ਤੁਹਾਡਾ ਚਾਹੁੰਦਾ ਕਿ ਜਿਹੜੇ ਹੁਣ ਵਿਰੋਧ ਕਰਨ ਵਾਲੇ ਨੇ, ਮੈਨੂੰ ਲੱਗਦਾ ਕਿ ਸ਼ਾਇਦ ਅਮਰੀਕਾ ਦੇ ਵਿੱਚ ਵੀ ਹੋਣ ਜਿੱਥੇ ਉਹਨਾਂ ਦੇ ਸ਼ੋਅਜ਼ ਹੋਣ ਜਾ ਰਹੇ ਨੇ, ਕੁਝ ਕਹਿਣਾ ਚਾਹੋਗੇ ਉਹਨਾਂ ਨੂੰ? ਓ ਯਾਰ, ਇਹ ਹਟ ਜਾਓ ਯਾਰ, ਕਿਉਂ ਪੰਜਾਬੀ ਦਾ ਨੁਕਸਾਨ ਕਰਦੇ ਹੋ ਭਰਾਵੋ? ਬਹੁਤ ਗੁੱਸਾ ਹੋ ਗਿਆ, ਸਾਨੂੰ ਵੀ ਗੁੱਸਾ ਚੜਿਆ ਸੀ, ਅਸੀਂ ਵੀ ਗੁੱਸਾ ਕੱਢਿਆ, ਤੁਸੀਂ ਵੀ ਕੱਢਿਆ, ਸਾਰਿਆਂ ਨੇ ਕੱਢ ਲਿਆ, ਤੇ ਕੋਈ ਨੀ, ਹੁਣ ਗੁੱਸਾ ਸੰਭਾਲ ਲਓ, ਹੋਰ ਪਾਸੇ ਲਾ ਲਓ। ਬਥੇਰੇ ਲੋਕ ਪੰਜਾਬੀ ਨੂੰ ਖਰਾਬ ਕਰੀ ਜਾਂਦੇ ਆ, ਤੁਸੀਂ ਉਹਨਾਂ ਵੱਲ ਮੁੜ ਜਾਓ, ਹੁਣ ਮਾਨ ਸਾਹਿਬ ਨੂੰ ਛੱਡ ਦਿਓ, ਠੀਕ ਹੈ? ਉਹਨਾਂ ਬੰਦਿਆਂ ਦੀ 40 ਸਾਲ ਦੀ ਕੰਟਰੀਬਿਊਸ਼ਨ ਹੈ, ਉਹਨੂੰ ਵੀ ਧਿਆਨ, ਪੋਜ਼ਿਟਿਵ ਚੀਜ਼ਾਂ ਦੇਖੋਗੇ ਨਾ, ਕੋਈ ਗੱਲ ਨੀ। ਮਾਨ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਜਾਊਗਾ ਕਿ ਯਾਰ ਮੇਰੀ ਕੌਮ ਸੀਗੀ, ਮੇਰੇ ਕੋਲੋਂ 2 ਗੱਲਾਂ ਗਲਤ ਕਹੀਆਂ ਗਈਆਂ, ਉਹਨਾਂ ਨੂੰ ਜ਼ਿਆਦਾ ਫੀਲ ਹੋਊਗਾ। ਮੈਨੂੰ ਲੱਗਦਾ ਕਿ ਸਾਨੂੰ ਮਾਫ ਕਰਕੇ ਅਸੀਂ ਕੋਸ਼ਿਸ਼ ਕਰਾਂਗਾ। ਇੱਕ ਕਾਲਰ ਨੇ ਸਾਡੇ ਨਾਲ ਮਾਨਸਾ ਤੋਂ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ, ਆਪਣਾ ਨਾਮ ਦੱਸ ਦੋ।
ਹਾਂਜੀ ਭਾਈ ਸ਼ੁਕਲਾ ਜੀ ਨਮਸਕਾਰ ਜੀ, ਮੈਂ ਚੱਕਰ ਸਿੰਘ ਬੋਲ ਰਿਹਾ ਮਾਨਸਾ ਤੋਂ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਕੀ ਕਰ ਰਹੇ ਹੋ? ਡਿਬੇਟ ਨੂੰ ਬੜੇ ਧਿਆਨ ਨਾਲ ਸੁਣੇਗਾ ਤੇ ਕਿਉਂਕਿ ਇਹ ਬੜਾ ਸੈਂਟੀਮੈਂਟਲ ਵਿਸ਼ਾ ਹੈਗਾ, ਮਾਨਸਾ ਸਾਰੇ ਪੰਜਾਬ ਦੀਆਂ ਭਾਵਨਾ ਜੁੜੇ ਨੇ, ਪੰਜਾਬੀ ਭਾਸ਼ਾ ਦੀ ਬੜੀ ਇਹਨਾਂ ਨੇ ਸੇਵਾ ਕੀਤੀ ਹੈ ਜੀ ਜੀ। ਮੈਂ ਡਾਕਟਰ ਪਾਲੀ ਸਾਹਿਬ ਦੀ ਗੱਲ ਦੇ ਵਿੱਚ ਬਾਅਦ ਮੇਰੀ ਗੱਲ ਦਾ ਉਹ ਆ ਗਿਆ ਜਿਹੜੀ ਮੈਂ ਕਹਿਣਾ ਚਾਹੁੰਦਾ ਸੀਗਾ ਜੀ। ਅਸਲ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਮੇਂ ਦੀ। ਗੁਰਦਾਸ ਮਾਨ ਜੀ ਦੀ ਬਦਕਿਸਮਤ ਇਸ ਸਮਾਂ ਬੜਾ ਮਾੜਾ ਸੀ, ਇੱਕ ਪਾਸੇ ਪੰਜਾਬ ਤੇ ਦਿੱਲੀ ਦਾ ਟੱਕਰ ਲੱਗੀ ਹੋਈ ਸੀ ਕਿਸਾਨੀ ਸੰਘਰਸ਼ ਕਰਕੇ। ਕਿਸਾਨੀ, ਹੈਲੋ ਜੀ, ਆਵਾਜ਼ ਆ ਰਹੀ ਹੈ ਤੁਹਾਡੀ, ਕੰਪਲੀਟ ਕਰ ਲਓ ਤੁਸੀਂ। ਹਾਂਜੀ ਸਰ, ਉਸ ਸਮੇਂ ਕਿਸਾਨੀ ਸੰਘਰਸ਼ ਚੱਲਦਾ ਸੀਗਾ, ਇੱਕ ਪਾਸੇ ਦਿੱਲੀ ਖੜੀ ਸੀ, ਇੱਕ ਪਾਸੇ ਪੰਜਾਬ ਸੀਗਾ। ਜਿੱਥੇ ਪੰਜਾਬ ਦੇ ਵਿਰੁੱਧ ਕੋਈ ਗੱਲ ਕਰਦਾ ਗਾ, ਸਾਰੇ ਪੰਜਾਬੀਆਂ ਨੂੰ ਇਹ ਲੱਗਿਆ ਵੀ ਇਹ ਦਿੱਲੀ ਦਾ ਪੱਖ ਪੂਰ ਰਹੇ ਨੇਗੇ। ਉਸ ਸਮੇਂ ਗੁਰਦਾਸ ਮਾਨ ਜੀ ਤੋਂ ਅਮਿਤ ਸ਼ਾਹ ਜੀ ਦੀ ਹਾਂ ਵਿੱਚ ਅਨਫੋਰਚੁਨੇਟਲੀ ਹਾਂ ਮਿਲਾਇਆ ਜਾਣਾ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਿਆ ਵੀ ਨਾ ਜੀ, ਇਹ ਪੰਜਾਬ ਦਾ ਪੱਖ ਛੱਡ ਕੇ ਇਹ ਤਾਂ ਦਿੱਲੀ ਝੂਲ ਚ ਜਾ ਪਏ। ਇਸ ਕਰਕੇ ਜ਼ਿਆਦਾਤਰ ਪੰਜਾਬੀਆਂ ਨੇ ਉਹਨਾਂ ਦਾ ਵਿਰੋਧ ਦਾ ਇੱਕ ਸਭ ਤੋਂ ਵੱਡੀ ਵਜ੍ਹਾ ਇਹ ਵੀ ਰਹੀ ਆ, ਸਾਨੂੰ ਮਾਨ ਸਾਹਿਬ ਦੀ ਜੋ ਪੰਜਾਬੀ ਨੂੰ ਪੰਜਾਬੀ ਭਾਸ਼ਾ ਨੂੰ ਦੇਣ ਹੈਗੀ, ਜੋ ਪੰਜਾਬੀ ਭਾਸ਼ਾ ਦਾ ਸਿਰ ਉੱਚਾ ਚੱਕਣ ਦੇ ਵਿੱਚ ਉਹਨਾਂ ਵੱਲੋਂ ਯਤਨ ਕੀਤੇ, ਉਹਨਾਂ ਨੂੰ ਕਦਰੀ ਭੁਲਾਉਣਾ ਚਾਹੀਦਾ। ਸਾਨੂੰ ਗੁਰਦਾਸ ਮਾਨ ਨੂੰ ਛੋਟੀ ਜਿਹੀ ਗਲਤੀ ਨੂੰ ਭੁੱਲ ਕੇ ਉਮੀਦ ਕਰਦੇ। ਤੁਸੀਂ ਆਪਣਾ ਨਾਮ ਕੀ ਦੱਸਿਆ ਸੀ ਇੱਕ ਵਾਰ ਦੁਬਾਰਾ ਦੱਸ ਦਿਓ ਮੈਨੂੰ, ਮੈਂ ਸਮਝ ਨਹੀਂ ਪਾਇਆ ਸੀ। ਤੁਹਾਡਾ ਸ਼ੁਭ ਨਾਮ? ਚਤਰ ਸਿੰਘ ਜੀ। ਜੀ ਚਤਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਗੱਲ ਦੇ ਵਿੱਚੋਂ। ਮੈਂ ਇੱਕ ਪੁਆਇੰਟ ਮੈਨੂੰ ਨਿਕਲਦਾ ਨਜ਼ਰ ਆ ਰਿਹਾ ਕਿ ਗਲਤ ਟਾਈਮ ਤੇ ਕਈ ਵਾਰ ਹੁੰਦਾ ਨੇ ਕਿ ਗਲਤ ਚੀਜ਼ਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਜਾਂਦੀਆਂ ਨੇ, ਮਿਲ ਜਾਂਦੀਆਂ ਨੇ, ਤਾਂ ਫਿਰ ਉਹ ਕਿਸੇ ਦਾ ਮਾੜਾ ਟਾਈਮ ਬਣ ਜਾਂਦਾ। ਦੋ ਸਟੇਟਮੈਂਟਸ ਜਾਂ ਦੋ ਅਲੱਗ ਅਲੱਗ ਪੈਰਲਰ ਚੀਜ਼ਾਂ ਚੱਲ ਰਹੀਆਂ ਸੀ, ਉਹ ਰੋਂਗ ਟਾਈਮ ਦੇ ਉੱਤੇ ਰੋਂਗ ਥਾਂ ਦੇ ਉੱਤੇ ਸਟੇਟਮੈਂਟ ਦਿੱਤੀ ਗਈ ਅਤੇ ਉਹ ਹੋ ਗਿਆ। ਖੈਰ ਚਲੋ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਸਾਡੇ ਦਰਸ਼ਕਾਂ ਦਾ, ਪੰਡਿਤ ਨਰਿੰਦਰ ਰਾਓ ਜੀ ਸਾਡੇ ਨਾਲ ਜੁੜੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ।